ਵਿਸ਼ੇਸ਼ਤਾਵਾਂ ਅਤੇ ਉਹਨਾਂ ਦਾ ਇਸ ਦੇ ਇਤਿਹਾਸ ਤੇ ਪ੍ਰਭਾਵ ਕਿ ਫਿਜ਼ੀਕਲ ਫੀਚਰਸ ਆਫ ਦਾ ਪੰਜਾਬ ਐਂਡ ਦੇਅਰ ਇਨਫਲੂਐਂਸ ਔਨ ਇਟਸ ਹਿਸਟਰੀ। ਇਹ ਜਿਹੜਾ ਵਿਸ਼ਾ ਹੈ ਕਿ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਹਨਾਂ ਦਾ ਇਸ ਦੇ ਇਤਿਹਾਸ ਦੇ ਉੱਪਰ ਕੀ ਪ੍ਰਭਾਵ ਪਿਆ, ਕਿ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਪੰਜਾਬ ਦੇ ਬਾਰੇ ਅਸੀਂ ਗੱਲ ਕਰਾਂਗੇ, ਜਿਵੇਂ ਕਿ ਤੁਹਾਡੀ ਜਿਹੜੀ ਪਾਠ ਪੁਸਤਕ ਹੈ ਜਿਹੜੀ ਕਿ ਪੰਜਾਬ ਦੀ ਹਿਸਟਰੀ ਆਫ ਪੰਜਾਬ ਹੈ, ਔਰ ਉਸ ਦੇ ਵਿੱਚ ਅਸੀਂ ਜੋ ਡਿਸਕਸ ਕਰਾਂਗੇ, ਜੋ ਗੱਲਬਾਤ ਕਰਾਂਗੇ, ਉਸ ਦੇ ਵਿੱਚ ਜਿਹੜਾ ਪੰਜਾਬ ਹੈ ਉਹ ਹੈ ਸਾਡਾ ਪੁਰਾਣਾ ਪੰਜਾਬ, ਕਿ ਪਾਰਟੀਸ਼ਨ ਤੋਂ ਪਹਿਲਾਂ ਦਾ ਪੰਜਾਬ, ਕਿ ਬਿਫੋਰ ਦਾ ਪਾਰਟੀਸ਼ਨ ਆਫ ਇੰਡੀਆ, ਕਿ 1947 ਵਿੱਚ ਜਦੋਂ ਪੰਜਾਬ ਦੀ ਵੰਡ ਹੋਈ ਸੀ, ਔਰ ਉਸ ਤੋਂ ਪਹਿਲਾਂ ਦਾ ਜਿਹੜਾ ਪੰਜਾਬ ਹੈ ਉਸ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਕਿ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਕਿਹੜੀਆਂ ਸਨ, ਪੰਜਾਬ ਕਿ ਪੰਜਾਬ ਦਾ ਨਾਂ ਕਿਸ ਤਰ੍ਹਾਂ ਪਿਆ, ਪੰਜਾਬ ਦੇ ਬਦਲਦੇ ਹੋਏ ਨਾਮ, ਉਸ ਤੋਂ ਬਾਅਦ ਪੰਜਾਬ ਦੀਆਂ ਸੀਮਾਵਾਂ ਦੇ ਬਾਰੇ, ਔਰ ਉਸ ਤੋਂ ਬਾਅਦ ਕਿ ਪੰਜਾਬ ਦਾ ਇਤਿਹਾਸ ਦੇ ਵਿੱਚ ਕੀ ਮਹੱਤਵ ਰਿਹਾ, ਕੀ ਉਸਦੀ ਇੰਪੋਰਟੈਂਸ ਰਹੀ ਹੈ, ਅਤੇ ਬਾਅਦ ਦੇ ਵਿੱਚ ਅਸੀਂ ਕਿ ਉਹ ਉਹਨਾਂ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਸਨ ਭੂਗੋਲਿਕ, ਉਹਨਾਂ ਦਾ ਇਸ ਦੇ ਇਤਿਹਾਸ ਦੇ ਉੱਪਰ ਕੀ ਪ੍ਰਭਾਵ ਪਿਆ। ਤਾਂ ਸਭ ਤੋਂ ਪਹਿਲਾਂ ਅਸੀਂ ਵਨ ਬਾਏ ਵਨ ਕਰਾਂਗੇ ਇੱਕ ਇੱਕ ਕਰਕੇ। ਸਭ ਤੋਂ ਪਹਿਲਾਂ ਅਸੀਂ ਚੱਲਦੇ ਹਾਂ ਕਿ ਪਹਿਲਾਂ ਹੈ ਸਾਡੇ ਕੋਲ ਕਿ ਪੰਜਾਬ ਅਤੇ ਇਸ ਦਾ ਭਾਰਤੀ ਇਤਿਹਾਸ ਦੇ ਵਿੱਚ ਕੀ ਮਹੱਤਵ ਸੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਜਿਸ ਨੂੰ ਤੁਸੀਂ ਆਪਾਂ ਕਹਿ ਦਿੰਦੇ ਹਾਂ ਕਿ ਪੰਜ ਜਮਾਂ ਆਬ, ਕਿ ਪੰਜ ਦਾ ਮਤਲਬ ਹੈ ਕਿ ਇੱਕ ਸੰਖਿਆ ਹੈ ਜਿਸ ਨੂੰ ਅਸੀਂ ਪੰਜ ਕਹਿ ਦਿੰਦੇ ਹਾਂ, ਔਰ ਦੂਸਰੇ ਪਾਸੇ ਅਸੀਂ ਕਹਿੰਦੇ ਹਾਂ ਕਿ ਆਬ। ਆਬ ਕੀ ਹੈ ਕਿ ਆਬ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਪਾਣੀ। ਉਹ ਕਹਿੰਦੇ ਕਿ ਪੰਜ ਪਾਣੀਆਂ ਦੀ ਧਰਤੀ ਜਿਸ ਨੂੰ ਅਸੀਂ ਪੰਜਾਬ ਕਹਿ ਦਿੰਦੇ ਹਾਂ, ਔਰ ਉਸ ਨਾਮ ਤੋਂ ਹੀ ਕਿ ਪੰਜ ਦਰਿਆ ਜਿਹੜੇ ਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਸਤਲੁਜ, ਰਾਵੀ, ਬਿਆਸ, ਚਨਾਬ, ਜੇਹਲਮ, ਪੰਜ ਦਰਿਆ ਜਿਹੜੇ ਹੈ, ਕਿਉਂਕਿ ਪਹਿਲਾਂ ਸ਼ੁਰੂ ਦੇ ਉੱਪਰ, ਕਿਉਂਕਿ ਸਮੇਂ ਸਮੇਂ 'ਤੇ ਜਦੋਂ ਅਸੀਂ ਰਿਗਵੈਦੀ ਕਾਲ ਦੇ ਵਿੱਚ ਉਹ ਅਸੀਂ ਅੱਗੇ ਕਰਾਂਗੇ, ਸਭ ਤੋਂ ਪਹਿਲਾਂ ਸਾਡੇ ਕੋਲ ਪਹਿਲਾ ਪੁਆਇੰਟ ਹੈ ਜਿਹੜਾ ਕਿ ਪੰਜਾਬ ਦਾ ਅਰਥ ਕੀ ਹੈ, ਕਿ ਜਿਵੇਂ ਕਿ ਤੁਹਾਨੂੰ ਮੈਂ ਹੁਣੇ ਦੱਸ ਕੇ ਜਾ ਚੁੱਕਿਆ ਕਿ ਪੰਜ ਜਾਵਾਂ ਆਬ ਤੋਂ, ਜਿਸ ਤੋਂ ਪੰਜ ਪਾਣੀਆਂ ਦੀ ਧਰਤੀ ਜਿਸ ਤੋਂ ਪੰਜਾਬ ਦਾ ਜਿਹੜਾ ਉਹ ਨਾਂ ਪਿਆ ਸੀਗਾ, ਔਰ ਇਸ ਪੰਜ ਪਾਣੀਆਂ ਦੀ ਧਰਤੀ ਨੂੰ 1947 ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਸੀਗਾ, ਵੰਡ ਦਿੱਤਾ ਗਿਆ ਸੀਗਾ, ਜਿਸ ਦੇ ਵਿੱਚ ਕੀ ਸੀ ਕਿ ਜਿਹੜਾ ਪੂਰਬੀ ਜਿਹੜਾ ਪੰਜਾਬ ਸੀ, ਪੂਰਬੀ ਹਿੱਸਾ, ਉਹ ਭਾਰਤ ਦੇ ਹਿੱਸੇ ਆਇਆ ਸੀ, ਅਤੇ ਪੱਛਮੀ ਜਿਹੜਾ ਵੈਸਟਰਨ ਪੰਜਾਬ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਉਹ ਪਾਕਿਸਤਾਨ 'ਚ ਰਹਿ ਗਿਆ ਸੀ। ਪੰਜਾਬ ਦੇ ਟੁਕੜੇ ਹੋਣ ਦੇ ਬਾਵਜੂਦ ਉਸ ਤੋਂ ਬਾਅਦ ਪੰਜਾਬ ਜਿਹੜਾ 1966 ਦੇ ਵਿੱਚ ਫਿਰ ਭਾਸ਼ਾ ਦੇ ਆਧਾਰ 'ਤੇ ਵੰਡ ਦਿੱਤਾ ਗਿਆ, ਲੇਕਿਨ ਜਿਹੜਾ ਪੰਜਾਬ ਦਾ ਨਾਮ ਸੀ ਉਹ ਉਸੇ ਤਰ੍ਹਾਂ ਹੀ ਜਿਹੜਾ ਉਹ ਕਾਇਮ ਰਿਹਾ, ਅਤੇ ਪੰਜਾਬ ਨੂੰ ਅੱਜ ਵੀ ਪਾਕਿਸਤਾਨ ਦੇ ਵਿੱਚ ਔਰ ਭਾਰਤ ਦੇ ਵਿੱਚ ਹੀ ਜਿਹੜਾ ਪੰਜਾਬ ਦੇ ਨਾਮ ਨਾਲ ਹੀ ਯਾਦ ਕੀਤਾ ਜਾਂਦਾ ਹੈ, ਉਸਨੂੰ ਉਸੇ ਨਾਮ ਨਾਲ ਹੀ ਬੁਲਾਇਆ ਜਾਂਦਾ ਹੈ। ਸੈਕਿੰਡ ਪੁਆਇੰਟ ਹੈ ਸਾਡੇ ਕੋਲ ਕਿ ਪੰਜਾਬ ਦੇ ਵੱਖ ਵੱਖ ਨਾਮ ਜਿਹੜੇ ਹੈ, ਕਿ ਵੱਖ ਵੱਖ ਨਾਮ ਕਿਸ ਤਰ੍ਹਾਂ ਦੇ ਸਨ, ਜਿਵੇਂ ਕਿ ਰਿਗਵੈਦਿਕ ਕਾਲ ਦੇ ਵਿੱਚ ਜਦੋਂ ਰਿਗਵੈਦਿਕ ਪੀਰੀਅਡ ਸੀਗਾ, ਰਿਗਵੇਦਾ ਦੇ ਟਾਈਮ, ਉਹ ਕਹਿੰਦੇ ਕਿ ਉਸ ਸਮੇਂ ਪੰਜਾਬ ਨੂੰ ਸਪਤ ਸਿੰਧੂ ਕਿਹਾ ਜਾਂਦਾ ਸੀ। ਸਪਤ ਸਿੰਧੂ ਭਾਵ ਉਸ ਸਮੇਂ ਸੱਤ ਨਦੀਆਂ ਸਨ, ਕਿ ਜਿਵੇਂ ਪੰਜ ਦਰਿਆ ਜਿਹੜੇ ਆਪਾਂ ਹੁਣੇ ਗਿਣੇ ਆ, ਉਸ ਤੋਂ ਇਲਾਵਾ ਸਿੰਧ ਅਤੇ ਸਰਸਵਤੀ ਦੋ ਦਰਿਆ ਹੋਰ ਸਨ, ਔਰ ਉਸ ਕਰਕੇ ਕਹਿੰਦੇ ਕਿ ਸਪਤ ਸਿੰਧੂ, ਉਹ ਕਹਿੰਦੇ ਕਿ ਸੱਤ ਦਰਿਆਵਾਂ ਦੀ ਜਿਹੜੀ ਧਰਤੀ ਸੀਗੀ, ਉਸ ਕਰਕੇ ਰਿਗਵੈਦਿਕ ਕਾਲ ਦੇ ਵਿੱਚ ਉਸਨੂੰ ਸਪਤ ਸਿੰਧੂ ਦੇ ਨਾਮ ਨਾਲ ਬੁਲਾਇਆ ਜਾਂਦਾ ਸੀ। ਇਸੇ ਤਰ੍ਹਾਂ ਉਹ ਕਹਿੰਦੇ ਕਿ ਜਦੋਂ ਯੂਨਾਨੀ ਆਏ ਤਾਂ ਉਸ ਸਮੇਂ ਉਹਨਾਂ ਨੇ ਪੰਜਾਬ ਨੂੰ ਪੈਂਟਾਪੋਟਾਮੀਆ ਦਾ ਨਾਮ ਦਿੱਤਾ ਸੀ, ਉਸ ਸਮੇਂ ਪੰਜਾਬ ਨੂੰ ਪੈਂਟਾਪੋਟਾਮੀਆ ਦੇ ਨਾਮ ਨਾਲ ਬੁਲਾਇਆ ਜਾਂਦਾ ਸੀ, ਭਾਵ ਪੈਂਟਾ ਮੀਨਸ ਫਾਈਵ, ਪੈਂਟਾ ਦਾ ਮਤਲਬ ਅਰਥ ਹੈ ਕਿ ਪੰਜ, ਕਹਿੰਦੇ ਪੋਟਾਮੀਆ ਭਾਵ ਨਦੀ, ਨਦੀਆਂ ਦੀ ਧਰਤੀ, ਕਿ ਪੈਂਟਾਪੋਟਾਮੀਆ ਭਾਵ ਉਹ ਕਹਿੰਦੇ ਕਿ ਉਸ ਸਮੇਂ ਪੰਜ ਜਿਹੜੇ ਆਪਣਾ ਦਰਿਆਵਾਂ ਦੀ ਉਹ ਧਰਤੀ ਸੀ, ਉਸਨੂੰ ਪੈਂਟਾਪੋਟਾਮੀਆ ਕਿਹਾ ਜਾਂਦਾ ਸੀ, ਭਾਵ ਪੰਜਾਬ ਦਾ ਨਾਮ ਪੈਂਟਾਪੋਟਾਮੀਆ ਵੀ ਸੀ। ਇਸੇ ਤਰ੍ਹਾਂ ਕਹਿੰਦੇ ਕਿ ਉੱਥੇ ਕਿਸੇ ਸਮੇਂ ਜਿਹੜਾ ਪੰਜਾਬ ਨੂੰ ਟੱਕ ਦੇਸ਼ ਵੀ ਕਿਹਾ ਜਾਂਦਾ ਸੀ, ਕਿਉਂਕਿ ਇੱਕ ਟੱਕ ਨਾਂ ਦਾ ਕਬੀਲਾ ਜਿਹੜਾ ਹੈ ਉਹ ਉੱਥੇ ਰਾਜ ਕਰਦਾ ਰਿਹਾ ਹੈਗਾ। ਔਰ ਇਸੇ ਤਰ੍ਹਾਂ ਸਮੇਂ ਸਮੇਂ 'ਤੇ ਵੱਖ ਵੱਖ ਨਾਮ, ਕਿ ਜਦੋਂ ਬਾਅਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਆਏ ਤਾਂ ਉਹਨਾਂ ਨੇ ਲਾਹੌਰ ਪ੍ਰਾਂਤ, ਉਸ ਤੋਂ ਬਾਅਦ ਅਕਬਰ ਦੇ ਟਾਈਮ ਲਾਹੌਰ, ਉਹ ਪੰਜਾਬ ਨੂੰ ਜਿਹੜਾ ਦੋ ਪ੍ਰਾਂਤਾਂ ਦੇ ਵਿੱਚ ਵੰਡ ਦਿੱਤਾ ਗਿਆ ਸੀਗਾ, ਅਤੇ ਬਾਅਦ ਦੇ ਵਿੱਚ ਲਾਹੌਰ ਸੂਬਾ ਬਣ ਗਿਆ। ਔਰ ਸਮੇਂ ਸਮੇਂ 'ਤੇ ਕਹਿੰਦੇ ਕਿ ਇਹਦੀਆਂ ਜਿਹੜੀਆਂ ਆਪਣਾ ਨਾਮ ਜਿਹੜਾ ਉਹ ਬਦਲਦੇ ਰਹੇ। ਔਰ ਉਸ ਤੋਂ ਬਾਅਦ ਸਾਡੇ ਕੋਲ ਹੈ ਥਰਡ ਪੁਆਇੰਟ, ਸਾਡੇ ਕੋਲ ਵੱਖ ਵੱਖ ਸਮਿਆਂ ਦੇ ਵਿੱਚ
ਪੰਜਾਬ ਦੀਆਂ ਸੀਮਾਵਾਂ। ਉਹ ਕਹਿੰਦੇ ਕਿ ਵੱਖ ਵੱਖ ਜਿਹੜੇ ਸਮੇਂ ਸੀਗੇ ਉਹਨਾਂ ਦੇ ਵਿੱਚ ਪੰਜਾਬ ਦੀਆਂ ਜਦੋਂ ਸੀਮਾਵਾਂ ਦਾ ਅਸੀਂ ਜ਼ਿਕਰ ਕਰਦੇ ਹਾਂ ਤਾਂ ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਮੇਂ ਸਮੇਂ 'ਤੇ ਪੰਜਾਬ ਦੀਆਂ ਸੀਮਾਵਾਂ ਜਦੋਂ ਕਿ ਰਿਗਵੇਦਾ ਟਾਈਮ ਦੇ ਵਿੱਚ ਪੰਜਾਬ ਜਿਹੜਾ ਹੈ ਉਹ ਬਹੁਤ ਦੂਰ ਦੂਰ ਤੱਕ ਜਿਹੜਾ ਉਹ ਫੈਲਿਆ ਹੋਇਆ ਸੀਗਾ ਉਸ ਦੇ, ਕਿਉਂਕਿ ਸਿੰਧ ਨਦੀ ਦੇ ਤੱਕ ਜਿਹੜਾ ਆਪਾਂ ਗੱਲ ਕਰਦੇ ਹਾਂ ਕਿ ਸਿੰਧ ਨਦੀ ਤੋਂ ਲੈ ਕੇ ਜਦੋਂ ਅਸੀਂ ਨੀਚੇ ਸਰਸਵਤੀ ਨਦੀ ਤੱਕ ਪੰਜਾਬ ਜਿਹੜਾ ਫੈਲਿਆ ਹੋਇਆ ਸੀ, ਕਿਉਂਕਿ ਜਿਹਨੂੰ ਅਸੀਂ ਸਪਤ ਸਿੰਧੂ ਦਾ ਨਾਮ ਕਹਿ ਦਿੰਦੇ ਹਾਂ। ਔਰ ਉਸੇ ਤਰ੍ਹਾਂ ਬਾਅਦ ਦੇ ਵਿੱਚ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਮੌਰੀਆ ਅਤੇ ਕੁਸ਼ਾਣ ਦੇ ਸਮੇਂ ਵੀ, ਕਹਿੰਦੇ ਕਿ ਉਸ ਸਮੇਂ ਹਿੰਦੂ ਕੁਸ਼ ਪਰਬਤ ਤੱਕ ਜਿਹੜੀਆਂ ਸੀਮਾਵਾਂ ਪਾਰ ਕਰ ਗਈਆਂ ਸੀਗੀਆਂ। ਇਸੇ ਤਰ੍ਹਾਂ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਦਿੱਲੀ ਅਤੇ ਸੁਲਤਾਨਾਂ ਦੇ ਜਿਹੜੇ ਰਾਜ ਦੇ ਵਿੱਚ ਪੰਜਾਬ ਨੂੰ ਲਾਹੌਰ ਸੂਬਾ ਕਿਹਾ ਗਿਆ ਸੀਗਾ ਤਾਂ ਉਸ ਸਮੇਂ ਜਿਹੜੀਆਂ ਸੀਮਾਵਾਂ ਹੈ ਉਹ ਪੇਸ਼ਾਵਰ ਤੱਕ ਪਹੁੰਚ ਗਈਆਂ ਸੀਗੀਆਂ। ਔਰ ਇਸੇ ਤਰ੍ਹਾਂ ਕਹਿੰਦੇ ਕਿ 1809 ਈਸਵੀ ਦੇ ਵਿੱਚ ਜਦੋਂ ਉਹ ਕਹਿੰਦੇ ਕਿ ਅੰਗਰੇਜ਼ਾਂ ਦੇ ਨਾਲ ਅੰਮ੍ਰਿਤਸਰ ਦੀ ਸੰਧੀ ਹੋਈ ਸੀ ਤਾਂ ਪੰਜਾਬ ਦੀ ਜਿਹੜੀ ਪੂਰਬੀ ਸੀਮਾ ਜਿਹੜੀ ਹੈ ਉਹ ਦਰਿਆ ਸਤਲੁਜ ਨਿਸ਼ਚਿਤ ਕਰ ਦਿੱਤੀ ਗਈ ਸੀ ਅਤੇ ਇਸ ਤਰ੍ਹਾਂ ਪੰਜਾਬ ਦਾ ਜਿਹੜਾ ਵਿਸਥਾਰ ਸੀਗਾ ਉਹ ਪੱਛਮ ਦੇ ਵੱਲ ਜਿਹੜਾ ਹੈ ਉਹ ਪਾਰ ਕਰਕੇ ਜਿਹੜਾ ਉਸ ਦੀਆਂ ਜਿਹੜੀਆਂ ਸੀਮਾਵਾਂ ਸੀਗੀਆਂ ਉਹ ਖੈਬਰ ਤੱਕ ਪਹੁੰਚ ਗਈਆਂ ਸੀਗੀਆਂ। ਇਸ ਤਰ੍ਹਾਂ ਕਹਿੰਦੇ ਕਿ ਸਿੱਖ ਰਾਜ ਦੇ ਅੰਤਮ ਸਮੇਂ ਤੱਕ ਜਿਹੜਾ ਪੰਜਾਬ ਦੀਆਂ ਸੀਮਾਵਾਂ ਦੇ ਵਿੱਚ ਇੱਕ ਵਾਰ ਫਿਰ ਜਿਹੜਾ ਹੈ ਉਹ ਪਰਿਵਰਤਨ ਚੇਂਜਿਸ ਆ ਗਈਆਂ ਸੀਗੀਆਂ। ਉਹ ਕਹਿੰਦੇ ਕਿ ਅੰਗਰੇਜ਼ਾਂ ਦੇ ਰਾਜਕਾਲ ਦੇ ਵਿੱਚ ਵੀ ਪੰਜਾਬ ਦੀਆਂ ਸੀਮਾਵਾਂ ਜਿਹੜੀਆਂ ਉਹ ਬਦਲਦੀਆਂ ਰਹੀਆਂ ਸੀਗੀਆਂ ਅਤੇ 1857 ਦੀ ਕ੍ਰਾਂਤੀ ਤੋਂ ਬਾਅਦ ਕਹਿੰਦੇ ਆ ਕਿ ਅੰਗਰੇਜ਼ੀ ਸਰਕਾਰ ਨੇ ਦਿੱਲੀ ਅਤੇ ਹਰਿਆਣਾ ਦਾ ਜਿਹੜਾ ਖੇਤਰ ਸੀਗਾ ਉਹ ਪੰਜਾਬ ਦੇ ਨਾਲ ਮਿਲਾ ਦਿੱਤਾ ਸੀ ਅਤੇ ਪੰਜਾਬ ਜਿਹੜਾ ਪ੍ਰਾਂਤ ਹੈ ਉਹ ਕਾਫੀ ਵੱਡਾ ਬਣ ਗਿਆ ਸੀਗਾ ਅਤੇ ਇਸ ਦੇ ਪ੍ਰਬੰਧ ਦੇ ਵਿੱਚ ਫਿਰ ਕੁਛ ਕਠਿਨਾਈਆਂ ਆਉਣ ਲੱਗੀਆਂ। ਉਹ ਕਹਿੰਦੇ ਕਿ ਤਾਂ 1901 ਈਸਵੀ ਦੇ ਵਿੱਚ ਲਾਰਡ ਕਰਜ਼ਨ ਨੇ ਸਿੰਧ ਦੇ ਨਾਲ ਜਿਹੜਾ ਹੈ ਉਹ ਕਿ ਪੱਛਮ ਦੇ ਵੱਲ ਜਿਹੜਾ ਹੈ ਉਹ ਉਹਨਾਂ ਨੇ ਉਸ ਜਿਹੜਾ ਪੰਜਾਬ ਆ ਉਹ ਕੁਛ ਖੇਤਰ ਅਲੱਗ ਕਰ ਦਿੱਤਾ ਇਸ ਕਰਕੇ ਉੱਤਰ ਪੱਛਮੀ ਸੀਮਾ ਪ੍ਰਾਂਤ ਨਾਮਕ ਇੱਕ ਹੋਰ ਪ੍ਰਾਂਤ ਬਣਾ ਦਿੱਤਾ ਗਿਆ ਸੀਗਾ ਅਤੇ 1911 ਵਿੱਚ ਜਿਹੜਾ ਹੈ ਅੰਗਰੇਜ਼ੀ ਵਾਇਸ ਰਾਏ ਲਾਰਡ ਹਾਰਡਿੰਗ ਨੇ ਦਿੱਲੀ ਨੂੰ ਕਹਿੰਦੇ ਕਿ ਭਾਰਤ ਦੀ ਰਾਜਧਾਨੀ ਬਣਾ ਕੇ ਉਸ ਨੂੰ ਪੰਜਾਬ ਤੋਂ ਅਲੱਗ ਕਰ ਦਿੱਤਾ ਸੀ। ਉਸ ਤੋਂ ਬਾਅਦ ਜਿਵੇਂ ਕਿ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ 1947 ਦੇ ਵਿੱਚ ਪੰਜਾਬ ਨੂੰ ਜਿਹੜਾ ਭਾਰਤ ਦੀ ਜਦੋਂ ਸੁਤੰਤਰਤਾ ਹੋਈ ਭਾਰਤ ਨੂੰ ਆਜ਼ਾਦ ਕੀਤਾ ਗਿਆ ਤਾਂ ਪੰਜਾਬ ਦੇ ਦੋ ਹਿੱਸੇ ਜਿਹੜੇ ਬਣ ਗਏ ਸੀ ਪੂਰਬੀ ਪੰਜਾਬ ਅਤੇ ਪੱਛਮੀ ਪੰਜਾਬ ਅਤੇ ਇਸੇ ਤਰ੍ਹਾਂ ਕਹਿੰਦੇ ਆ ਕਿ ਪੱਛਮੀ ਪੰਜਾਬ ਜਿਹੜਾ ਉਹ ਪਾਕਿਸਤਾਨ ਨੂੰ ਮਿਲ ਗਿਆ ਅਤੇ ਪੂਰਬੀ ਪੰਜਾਬ ਜਿਹੜਾ ਭਾਰਤ ਕੋਲ ਹੀ ਰਿਹਾ ਸੀਗਾ। ਉਹ ਕਹਿੰਦੇ ਆ ਕਿ ਦੇਸੀ ਰਿਆਸਤਾਂ ਮਿਲ ਜਾਣ ਤੋਂ ਬਾਅਦ ਪੂਰਬੀ ਪੰਜਾਬ ਦੇ ਕੁਛ ਜ਼ਿਲ੍ਹੇ ਸੀਗੇ ਜਿਨ੍ਹਾਂ ਵਿੱਚ ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਹੁਸ਼ਿਆਰਪੁਰ, ਜਲੰਧਰ, ਗੁਰਦਾਸਪੁਰ, ਲੁਧਿਆਣਾ, ਕਪੂਰਥਲਾ, ਸੰਗਰੂਰ, ਪਟਿਆਲਾ, ਕਾਂਗੜਾ, ਸ਼ਿਮਲਾ, ਅੰਬਾਲਾ, ਗੁੜਗਾਮ, ਹਿਸਾਰ ਅਤੇ ਆਪਣਾ ਮਹਿੰਦਰਗੜ੍ਹ, ਕਰਨਾਲ, ਰੋਹਤਕ, ਇਹ ਜਿਹੜੇ ਇਹਨਾਂ 'ਚ ਤੁਸੀਂ ਦੇਖਿਆ ਕਿ ਕੁਛ ਜਿਵੇਂ ਆਪਣਾ ਕਾਂਗੜਾ, ਸ਼ਿਮਲਾ, ਇਹ ਜਿਹੜੇ ਹਿਮਾਚਲ ਦੇ ਇਲਾਕੇ ਹੈਗੇ ਆ, ਇਸੇ ਤਰ੍ਹਾਂ ਅੰਬਾਲਾ, ਗੁੜਗਾਮ, ਹਿਸਾਰ, ਮਹਿੰਦਰਗੜ੍ਹ ਅਤੇ ਕਰਨਾਲ, ਇਹ ਜਿਹੜੇ ਇਲਾਕੇ ਆ ਇਹ ਹਰਿਆਣੇ ਦੇ ਅਤੇ ਅਸੀਂ ਦੇਖ ਸਕਦੇ ਹਾਂ ਕਿ ਇਹ ਜਿੰਨੇ ਇਲਾਕੇ ਸੀਗੇ ਉਸ ਸਮੇਂ ਅਸੀਂ ਦੇਖਦੇ ਹਾਂ ਕਿ ਪੰਜਾਬ ਸਾਡਾ ਕਿੰਨਾ ਵੱਡਾ ਸੀ। ਲੇਕਿਨ ਉਸ ਤੋਂ ਬਾਅਦ ਜਦੋਂ ਕਹਿੰਦੇ ਕਿ ਪਹਿਲਾਂ 1947 ਦੇ ਵਿੱਚ ਪੰਜਾਬ ਨੂੰ ਵੰਡਿਆ ਗਿਆ, ਉਸ ਤੋਂ ਬਾਅਦ 1966 ਈਸਵੀ ਦੇ ਵਿੱਚ ਫਿਰ ਭਾਸ਼ਾ ਦੇ ਆਧਾਰ 'ਤੇ ਕਹਿੰਦੇ ਕਿ ਜਿਹੜੇ ਹਿੰਦੀ ਬੋਲਣ ਵਾਲੇ ਇਲਾਕੇ ਸੀ ਉਹ ਵਿੱਚੋਂ ਕੱਢ ਦਿੱਤੇ ਗਏ, ਜਿਨ੍ਹਾਂ ਨਾਲ ਹਰਿਆਣਾ ਪ੍ਰਾਂਤ ਜਿਹੜਾ ਉਹ ਬਣਿਆ, ਹਰਿਆਣੇ ਦੇ ਵਿੱਚ ਮਿਲਾ ਦਿੱਤਾ ਗਿਆ। ਇਸੇ ਤਰ੍ਹਾਂ ਪਹਾੜੀ ਬੋਲਣ ਵਾਲੇ ਜਿਹੜੇ ਪ੍ਰਾਂਤ ਸੀਗੇ, ਜਿਹੜੇ ਕੁਛ ਇਲਾਕੇ ਸੀਗੇ, ਉਹਨਾਂ ਨੂੰ ਹਿਮਾਚਲ ਦੇ ਵਿੱਚ ਮਿਕਸ ਕਰ ਦਿੱਤਾ ਗਿਆ ਸੀਗਾ। ਇਸ ਤਰ੍ਹਾਂ ਜਿਹੜਾ ਪੰਜਾਬ ਦੀਆਂ ਵੱਖ ਵੱਖ ਸਮੇਂ ਜਿਹੜੀਆਂ ਉਹ ਸੀਮਾਵਾਂ ਬਦਲਦੀਆਂ ਰਹੀਆਂ ਸੀ। ਇਸ ਤਰ੍ਹਾਂ ਸਾਡੇ ਕੋਲ ਅੱਗੇ ਨੈਕਸਟ ਪੁਆਇੰਟ ਹੈ ਕਿ ਪੰਜਾਬ ਦੀ ਭਾਰਤੀ ਇਤਿਹਾਸ ਵਿੱਚ ਮਹੱਤਤਾ। ਕਹਿੰਦੇ ਕਿ ਪੰਜਾਬ ਦੀ ਭਾਰਤੀ ਇਤਿਹਾਸ ਵਿੱਚ, ਕਿਉਂਕਿ ਪੰਜਾਬ ਜਿਹੜਾ ਹੈ ਉਹ ਸਦੀਆਂ ਤੋਂ ਹੀ ਜਿਹੜਾ ਆਪਣੇ ਉਹਨੇ ਭਾਰਤ ਦੇ ਇਤਿਹਾਸ 'ਤੇ ਇੱਕ ਪ੍ਰਮੁੱਖ ਛਾਪ ਛੱਡੀ ਹੈਗੀ ਹੈ। ਇਸ ਕਰਕੇ ਅਸੀਂ ਦੇਖਦੇ ਹਾਂ ਕਿ ਜੋ ਅਸੀਂ ਵੇਖਦੇ ਹਾਂ ਕਿ ਪੰਜਾਬ ਦੀ ਭਾਰਤੀ ਇਤਿਹਾਸ ਦੀ ਮਹੱਤਤਾ ਦੇ ਜਦੋਂ ਅਸੀਂ ਪੁਆਇੰਟਸ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਮਹਾਨ ਚਾਰ ਵੇਦ, ਜਿਨ੍ਹਾਂ ਵਿੱਚੋਂ ਰਿਗਵੇਦ ਜਿਹੜਾ ਸਭ ਤੋਂ ਪੁਰਾਣਾ ਸੀਗਾ, ਉਸ ਦੀ ਰਚਨਾ ਵੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਹੀ ਹੋਈ ਸੀਗੀ। ਇਸੇ ਤਰ੍ਹਾਂ ਜਦੋਂ ਅਸੀਂ ਅੱਗੇ ਉਹ ਕਹਿੰਦੇ ਕਿ ਰਮਾਇਣ ਅਤੇ ਮਹਾਂਭਾਰਤ ਦੇ ਜਿਹੜੇ ਪਾਤਰਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਮੰਨਿਆ ਜਾਂਦਾ ਕਿ ਪਟਿਆਲੇ ਦੇ ਨੇੜੇ ਜਿਹੜੇ ਰਾਜਾ ਦਸ਼ਰਥ ਜਿਹੜੀ ਪਤਨੀ ਸੀ ਉਹਨਾਂ ਦਾ ਜਨਮ ਸਥਾਨ ਜਿਹੜਾ ਹੈ ਉਹ ਵੀ ਉੱਥੇ ਪਟਿਆਲੇ ਦੇ ਨੇੜੇ ਜਿਹੜੇ ਆਪਣਾ ਰਹਿਣ ਵਾਲੇ ਸੀਗੇ। ਅਤੇ ਇਸ ਕਰਕੇ ਮੰਨਿਆ ਜਾਂਦਾ ਕਿ ਹੋ ਸਕਦਾ ਕਿ ਸ਼੍ਰੀ ਰਾਮਚੰਦਰ ਜੀ ਦਾ ਜਨਮ ਵੀ ਇੱਥੇ ਹੀ ਹੋਇਆ ਹੋਵੇ। ਉਸ ਤੋਂ ਬਾਅਦ ਉਹ ਕਹਿੰਦੇ ਕਿ ਜਿਵੇਂ ਕਿ
ਸਟਾਰਟਿੰਗ ਜਿਹੜੀ ਹੈ ਬੰਗਾਲ ਅਤੇ ਬੰਗਾਲ ਸਾਈਡ ਤੋਂ ਜਦੋਂ ਉਸ ਪਾਸਿਓਂ ਪਲਾਸੀ ਦੀ ਲੜਾਈ, ਬਕਸਰ ਦੀ ਲੜਾਈ ਹੋਈ ਤਾਂ ਉਸ ਪਾਸਿਓਂ ਜਦੋਂ ਅੰਗਰੇਜ਼ ਐਂਟਰ ਹੋਏ, ਉਹ ਕਹਿੰਦੇ ਕਿ ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਭਾਰਤ ਦੇ ਵਿੱਚ ਕਦਮ ਰੱਖੇ ਸੀ, ਲੇਕਿਨ ਅਸੀਂ ਜੇ ਦੂਸਰੇ ਪਾਸੇ ਨਜ਼ਰ ਮਾਰੀਏ ਤਾਂ ਪੰਜਾਬ ਜਿਹੜਾ ਹੈ ਉਹ ਭਾਰਤ ਦਾ ਪ੍ਰਵੇਸ਼ ਦੁਆਰ ਹੈ। ਔਰ ਹਮੇਸ਼ਾ ਇਸ ਕਰਕੇ ਉਸਨੂੰ ਭਾਰਤ ਦਾ ਪ੍ਰਵੇਸ਼ ਦੁਆਰ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਜਿੰਨੇ ਵੀ ਹਮਲਾਵਰ ਆਏ ਜਿਹੜੇ ਭਾਰਤ ਦੇ ਵਿੱਚ, ਉਹਨਾਂ ਨੇ ਉਹ ਹਮੇਸ਼ਾ ਤੋਂ ਹੀ ਪੰਜਾਬ ਦੇ ਵੱਲੋਂ ਹੀ ਆਉਂਦੇ ਸੀਗੇ, ਕਿਉਂਕਿ ਇੱਕੋ ਇੱਕ ਉਹੀ ਰਾਸਤਾ ਸੀਗਾ। ਕਿਉਂਕਿ ਜਦੋਂ ਅਸੀਂ ਭਾਰਤ ਦੇ ਆਪਣਾ ਭਾਰਤ ਦੇ ਨਕਸ਼ੇ ਦੇ ਵੱਲ ਜੇ ਤੁਸੀਂ ਗੌਰ ਕਰੋ ਤਾਂ ਉਸ ਦੇ ਵਿੱਚ ਕੀ ਹੈ ਕਿ ਤੁਸੀਂ ਦੇਖਦੇ ਹਾਂ ਕਿ ਤਿੰਨ ਪਾਸੇ ਸਮੁੰਦਰ ਹੈ ਅਤੇ ਉੱਪਰਲੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਕਿ ਉੱਪਰ ਸਾਰੇ ਹਿਮਾਲਿਆ ਪਰਬਤ ਹੈਗਾ, ਲੇਕਿਨ ਜਦੋਂ ਅਸੀਂ ਪੰਜਾਬ ਆਪਣਾ ਇੰਡੀਆ ਦੇ ਮੈਪ ਦੇ ਵਿੱਚ ਲੈਫਟ ਸਾਈਡ ਜਦੋਂ ਅਸੀਂ ਦੇਖਦੇ ਹਾਂ, ਕਿਉਂਕਿ ਇਹ ਪੰਜਾਬ ਜਿਹੜਾ ਇੱਕ ਸੀਮਾਵਰਤੀ ਪ੍ਰਾਂਤ ਸੀ। ਜਦੋਂ ਅਸੀਂ ਅਜੋਕੇ ਸਮੇਂ ਜਦੋਂ ਅਸੀਂ ਪੁਰਾਣੇ ਪੰਜਾਬ ਦੀ ਵੀ ਗੱਲ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਉਸਦੇ ਲੈਫਟ ਸਾਈਡ ਦੇ ਉੱਪਰਲੇ ਪਾਸੇ ਜਿਹੜਾ ਹੈ ਉਹੀ ਉਸੇ ਅਲੱਗ ਅਲੱਗ ਜਿਹੜੇ ਦਰੇ ਸੀਗੇ ਜਿਵੇਂ ਕਿ ਖੈਬਰ, ਟੋਚੀ, ਆਪਣਾ ਬੁਲਾਨ, ਇਹ ਸਾਰੇ ਜਿਹੜੇ ਹੈ ਉਹਨਾਂ ਦਰਿਆਂ ਦੇ ਰਾਹੀਂ ਹੀ ਵਿਦੇਸ਼ੀ ਜਿਹੜੇ ਹਮਲਾਵਰ ਹੈ ਉਹ ਆਕਰਮਣ ਕਰਦੇ ਸੀ, ਉਹ ਐਂਟਰ ਕਰਦੇ ਸੀਗੇ ਭਾਰਤ ਦੇ ਵਿੱਚ, ਅਤੇ ਸਭ ਤੋਂ ਪਹਿਲਾਂ ਪੰਜਾਬ ਆਉਂਦਾ ਸੀਗਾ ਅਤੇ ਪੰਜਾਬ ਦੇ ਵਿੱਚੋਂ ਹੀ ਉਹ ਲੰਘ ਕੇ ਜਾਂਦੇ ਸੀਗੇ। ਅਤੇ ਪੰਜਾਬੀ ਅਗਰ ਪੰਜਾਬ, ਕਿਉਂਕਿ ਪੰਜਾਬ ਨਾ ਚਾਹੁੰਦੇ ਸੀ ਵੀ ਪੰਜਾਬੀਆਂ ਨੂੰ ਉਹਨਾਂ ਹਮਲਾਵਰਾਂ ਨਾਲ ਯੁੱਧ ਕਰਨੇ ਪੈਂਦੇ ਸੀ, ਜਿਸ ਕਰਕੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਜੀਵਨ 'ਤੇ ਵੀ ਬਹੁਤ ਜ਼ਿਆਦਾ ਪ੍ਰਭਾਵ ਪਿਆ ਹਰ ਪੱਖੋਂ ਹੀ, ਚਾਹੇ ਉਹ ਅਸੀਂ ਧਾਰਮਿਕ ਪੱਖ ਤੋਂ ਕਹਿ ਦਈਏ ਜਾਂ ਅਸੀਂ ਰਾਜਨੀਤਿਕ ਪੱਖ ਤੋਂ ਕਹਿ ਦਈਏ ਜਾਂ ਅਸੀਂ ਸਮਾਜਿਕ ਪੱਖ ਤੋਂ ਕਹਿ ਦਈਏ, ਤਾਂ ਹਰ ਪੱਖ ਤੋਂ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦੇ ਜੀਵਨ 'ਤੇ ਐਸਾ ਪ੍ਰਭਾਵ ਜਿਹੜਾ ਉਹ ਪਿਆ ਸੀਗਾ। ਦੂਸਰੇ ਪਾਸੇ ਉਹ ਕਹਿੰਦੇ ਕਿ ਭੂਗੋਲਿਕ ਵਿਸ਼ੇਸ਼ਤਾਵਾਂ ਕਰਕੇ ਹੀ ਜਿਹੜੇ ਪੰਜਾਬੀਆਂ ਦਾ ਸੁਭਾਅ ਜਿਹੜਾ ਹੈ ਉਹ ਬਹੁਤ ਬਦਲ ਗਿਆ ਸੀਗਾ, ਉਹ ਬੜੇ ਨਿਡਰ ਹੋ ਗਏ ਸੀ, ਬੜੇ ਬਹਾਦਰ ਹੋ ਗਏ ਸੀਗੇ, ਕਿ ਉਹਨਾਂ ਦੇ ਵਿੱਚ ਇੱਕ ਐਸੀ ਤਬਦੀਲੀ ਆ ਚੁੱਕੀ ਸੀ ਕਿ ਉਹ ਉਹਨਾਂ ਨੇ ਆਲਸ ਤਿਆਗ ਦਿੱਤਾ ਸੀ, ਉਹ ਕਿਸੇ ਤਰ੍ਹਾਂ ਨਾਲ ਵੀ ਆਪਣੇ ਆਪ ਨੂੰ ਕਮਜ਼ੋਰ ਅਤੇ ਅਸਹਾਇ ਮਹਿਸੂਸ ਨਹੀਂ ਕਰਦੇ ਸਨ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਕਿਸੇ ਵੀ ਸਮੇਂ ਜਿਹੜਾ ਉਹ ਵਿਦੇਸ਼ੀਆਂ ਦਾ ਜਿਹੜਾ ਮੁਕਾਬਲਾ ਕਰਨਾ ਪੈ ਸਕਦਾ ਹੈਗਾ। ਇਸੇ ਤਰ੍ਹਾਂ ਉਹ ਕਹਿੰਦੇ ਕਿ ਉਸ ਸਮੇਂ ਧਾਰਮਿਕ ਅੰਦੋਲਨਾਂ ਦਾ ਵੀ ਜਿਹੜਾ ਜਨਮ ਹੋਇਆ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਚਿਸ਼ਤੀ, ਸੋਹਰਾਵਰਦੀ, ਸੂਫੀਜ਼ ਜਿਹੜੇ ਆ ਉਹ ਆਪਣੇ ਪੰਜਾਬ ਦੀ ਧਰਤੀ 'ਤੇ ਆਏ। ਇਸ ਤਰ੍ਹਾਂ ਪੰਜਾਬ ਦੀ ਧਰਤੀ ਦੇ ਉੱਪਰ ਹੀ ਸਿੱਖ ਧਰਮ ਦਾ ਵੀ ਜਨਮ ਹੋਇਆ, ਕਿ ਜਿਹੜੇ ਕਿ ਅੱਜ ਪੂਰੇ ਸੰਸਾਰ ਦੇ ਵਿੱਚ ਸਿੱਖ ਧਰਮ ਦੀ ਆਪਣੀ ਇੱਕ ਵੱਖਰੀ ਪਹਿਚਾਣ ਹੈ, ਤਾਂ ਉਸ ਦੀ ਸ਼ੁਰੂਆਤ ਵੀ ਪੰਜਾਬ ਦੀ ਧਰਤੀ 'ਤੇ ਹੋਈ ਸੀਗੀ। ਇਸੇ ਤਰ੍ਹਾਂ ਜਦੋਂ ਅਸੀਂ ਸਿੱਖਿਆ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੀ ਹੀ ਧਰਤੀ ਉੱਪਰ ਜਿਹੜਾ ਹੈ ਕਿ ਇੱਕ ਮਹਾਨ, ਉਹ ਕਹਿੰਦੇ ਕਿ ਉਸ ਸਮੇਂ ਤਕਸ਼ੀਲਾ ਜਿਹੜੀ ਯੂਨੀਵਰਸਿਟੀ ਸੀਗੀ ਜਿਹੜੀ ਕਿ ਪੰਜਾਬ ਦੀ ਧਰਤੀ ਉੱਤੇ ਸੀਗੀ ਉਸ ਸਮੇਂ, ਤਾਂ ਉਸ ਦੇ ਵਿੱਚ ਜਿਹੜੀ ਹੈ ਸਿੱਖਿਆ ਪ੍ਰਾਪਤ ਕਰਨ ਲਈ ਬਹੁਤ ਦੂਰੋਂ ਦੂਰੋਂ ਜਿਹੜੇ ਹੈ ਲੋਕ ਆਉਂਦੇ ਸੀਗੇ ਸਿੱਖਿਆ ਪ੍ਰਾਪਤ ਕਰਨ ਲਈ, ਔਰ ਉਸ ਵਿੱਚ ਹਰ ਪ੍ਰਕਾਰ ਹਰ ਵਿਸ਼ੇ ਦੀ ਜਿਹੜੀ ਹੈ ਉਹ ਮਾਹਿਰ ਅਧਿਆਪਕਾਂ ਦੇ ਵੱਲੋਂ ਸਿੱਖਿਆ ਜਿਹੜੀ ਹੈ ਉਹ ਪ੍ਰਦਾਨ ਕੀਤੀ ਜਾਂਦੀ ਸੀਗੀ। ਇਸੇ ਤਰ੍ਹਾਂ ਉਹ ਕਹਿੰਦੇ ਕਿ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਖਾਲਸਾ ਪੰਥ ਦੀ ਸਥਾਪਨਾ ਕੀਤੀ, ਸਿਰਜਣਾ ਕੀਤੀ, ਉਹ ਵੀ ਇਸ ਪੰਜਾਬ ਦੀ ਧਰਤੀ ਉੱਤੇ ਹੀ ਹੋਈ। ਕਹਿੰਦੇ ਕਿ ਉਸ ਸਮੇਂ ਪੰਜਾਬ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਉਹਨਾਂ ਦੀ ਕੋਈ ਵੱਖਰੀ ਪਹਿਚਾਣ ਨਹੀਂ ਸੀ, ਉਹਨਾਂ ਦੀ ਕੋਈ ਵੱਖਰੀ ਆਪਣੀ ਆਈਡੈਂਟੀ ਨਹੀਂ ਸੀ, ਔਰ ਉਸ ਸਮੇਂ ਵਕਤ ਦੀ ਲੋੜ ਸੀਗੀ ਕਿ ਉਹਨਾਂ ਦੀ ਆਪਣੀ ਇੱਕ ਵੱਖਰੀ ਪਹਿਚਾਣ ਹੋਵੇ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ, ਉਹ ਵੀ ਇਸੇ ਧਰਤੀ ਦੇ ਉੱਪਰ ਪੰਜਾਬ ਦੀ ਧਰਤੀ ਉੱਤੇ ਹੋਈ ਸੀਗੀ। ਉਸ ਤੋਂ ਬਾਅਦ ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬੰਦਾ ਬਹਾਦਰ ਨੇ ਸਿੱਖਾਂ ਦੀ ਵਾਂਗਡੋਰ ਸੰਭਾਲੀ, ਬੰਦਾ ਬਹਾਦਰ ਤੋਂ ਬਾਅਦ 12 ਸੁਤੰਤਰ ਮਿਸਲਾਂ ਹੌਲੀ ਹੌਲੀ ਸਿੱਖਾਂ ਦੇ ਜੱਥੇ ਬਣ ਗਏ ਸੀ, 12 ਸੁਤੰਤਰ ਮਿਸਲਾਂ ਹੋਂਦ ਵਿੱਚ ਆਈਆਂ, ਉਹਨਾਂ ਮਿਸਲਾਂ ਦੇ ਵਿੱਚੋਂ ਹੀ ਸ਼ੁਕਰ ਛਕਿਆ ਮਿਸਲ ਹੋਂਦ ਵਿੱਚ ਆਈ, ਅਤੇ ਸ਼ੁਕਰ ਛਕਿਆ ਮਿਸਲ ਦੇ ਹੀ ਨੇਤਾ ਜਿਹੜੇ ਮਹਾਰਾਜਾ ਰਣਜੀਤ ਸਿੰਘ ਸੀਗੇ, ਤਾਂ ਉਹਨਾਂ ਨੇ ਇੱਕ ਸੁਤੰਤਰ ਸਿੱਖ ਰਾਜ ਦੀ ਜਿਹੜੀ ਹੈ ਉਹ ਸਥਾਪਨਾ ਕੀਤੀ ਸੀਗੀ, ਕਿ ਆਪਣਾ ਨਕਸ਼ੇ ਦੇ ਵਿੱਚ ਜਿਹੜਾ ਕਿ ਪਹਿਲੀ ਵਾਰੀ ਹੋਇਆ ਸੀਗਾ ਕਿ ਇਸ ਤਰ੍ਹਾਂ ਇਤਿਹਾਸ ਦੇ ਵਿੱਚ ਕਿ ਇੱਕ ਸੁਤੰਤਰ ਸਿੱਖ ਰਾਜ ਪੰਜਾਬ ਦੀ ਜਿਹੜੀ ਹੈ ਹੋਂਦ ਉਹ ਕਾਇਮ ਹੋ ਸਕੀ ਸੀਗੀ। ਉਸ ਤੋਂ ਬਾਅਦ ਉਹ ਕਹਿੰਦੇ ਕਿ ਜਦੋਂ ਤੱਕ ਤਾਂ ਪੰਜਾਬ ਦੇ ਉੱਪਰ ਆਪਣਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ, ਤਾਂ ਉਸ ਸਮੇਂ ਕਿਉਂਕਿ ਨਾਲ ਨਾਲ ਜਿਹੜਾ ਹੈ ਉਹ ਅੰਗਰੇਜ਼ ਵੀ ਜਿਹੜੇ ਉਹ, ਕਿਉਂਕਿ ਅੰਗਰੇਜ਼ ਆਲਮੋਸਟ ਜਿਹੜਾ ਹੈ ਉਹ ਜ਼ਿਆਦਾਤਰ ਇੰਡੀਆ ਦੇ ਉੱਤੇ ਆਪਣਾ ਕਬਜ਼ਾ ਕਰ ਚੁੱਕੇ ਸੀਗੇ, ਅਤੇ ਆਪਣਾ ਸਭ ਤੋਂ ਬਾਅਦ ਵਿੱਚ ਉਹਨਾਂ ਨੇ ਪੰਜਾਬ 'ਤੇ ਕਬਜ਼ਾ ਕੀਤਾ ਸੀ। ਇਹ ਵੀ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਹੀ ਇੱਕ ਆਪਣਾ ਅਸਰ ਸੀਗਾ ਕਿ ਪੰਜਾਬ ਦੇ ਉੱਪਰ ਅੰਗਰੇਜ਼ਾਂ ਨੇ ਸਭ ਤੋਂ ਬਾਅਦ ਦੇ ਵਿੱਚ ਅਧਿਕਾਰ ਕੀਤਾ ਸੀ।
ਕਹਿੰਦੇ ਕਿ ਪਹਿਲਾ ਐਂਗਲੋ ਸਿੱਖ ਯੁੱਧ ਅਤੇ ਦੂਸਰਾ ਐਂਗਲੋ ਸਿੱਖ ਯੁੱਧ ਜਿਹੜੇ ਹੋਏ ਤਾਂ ਉਸ ਤੋਂ ਬਾਅਦ ਜਿਹੜਾ ਹੈ ਉਹ 29 ਮਾਰਚ 1849 ਈਸਵੀ ਨੂੰ ਪੰਜਾਬ ਨੂੰ ਜਿਹੜਾ ਉਹ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਸੀਗਾ। ਇਸ ਤਰ੍ਹਾਂ ਇਹ ਆਪਾਂ ਜਾਣਕਾਰੀ ਹਾਸਲ ਕੀਤੀ ਹੈ ਕਿ ਪੰਜਾਬ ਦੀ ਭਾਰਤੀ ਇਤਿਹਾਸ ਵਿੱਚ ਕੀ ਮਹੱਤਤਾ ਹੈਗੀ ਹੈ। ਉਸ ਤੋਂ ਬਾਅਦ ਅਸੀਂ ਅੱਗੇ ਵਿਸਥਾਰਪੂਰਵਕ ਇਹਨਾਂ ਬਾਰੇ ਜਾਣਕਾਰੀ ਹਾਸਲ ਕਰਾਂਗੇ। ਤਾਂ ਨੈਕਸਟ ਹੈ ਸਾਡੇ ਕੋਲ ਕਿ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ। ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਕਿ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਅਸੀਂ ਕਰਦੇ ਹਾਂ ਕਿ ਉੱਤਰ ਅਤੇ ਉੱਤਰ ਪੱਛਮ ਦੀਆਂ ਪਹਾੜੀ ਸ਼ਿਖਾਵਾਂ। ਕਹਿੰਦੇ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦਾ ਜਿਹੜਾ ਉਸ ਸਮੇਂ ਦਾ ਕੁੱਲ ਖੇਤਰਫਲ ਜਿਹੜਾ ਹੈ ਉਹ 1,33,741 ਵਰਗ ਮੀਲ ਸੀਗਾ ਅਤੇ ਉਸ ਸਮੇਂ ਜਿਹੜਾ ਭਾਰਤ ਪੂਰੇ ਦਾ ਜਿਹੜਾ ਹੈ ਉਹ 10ਵਾਂ ਭਾਗ ਸੀ। ਅਤੇ ਉਸ ਤੋਂ ਬਾਅਦ ਕਹਿੰਦੇ ਆ ਕਿ ਇਹਨੂੰ ਪੂਰੇ ਆਪਣਾ ਕਹਿੰਦੇ ਆ ਕਿ ਜੋਗ੍ਰਾਫਿਕਲ ਫੀਚਰਸ ਦੇ ਆਧਾਰ 'ਤੇ, ਭੂਗੋਲ ਦੇ ਆਧਾਰ 'ਤੇ ਇਸ ਨੂੰ ਪੰਜਾਬ ਦੀਆਂ ਜਿਹੜੀਆਂ ਉਸ ਨੂੰ 3 ਭਾਗਾਂ ਵਿੱਚ ਵੰਡਿਆ ਜਾਂਦਾ। ਸਭ ਤੋਂ ਪਹਿਲਾਂ ਹੈ ਸਾਡੇ ਕੋਲ ਉੱਤਰ ਅਤੇ ਉੱਤਰ ਪੱਛਮ ਦੀਆਂ ਪਹਾੜੀ ਸ਼ਿਖਾਵਾਂ, ਦੂਸਰਾ ਸਾਡੇ ਕੋਲ ਉਪਜਾਊ ਮੈਦਾਨ ਜਾਂ ਮੈਦਾਨੀ ਖੇਤਰ, ਤੀਸਰਾ ਸਾਡੇ ਕੋਲ ਉਪ ਪਹਾੜੀ ਜਾਂ ਤਰਾਈ ਖੇਤਰ। ਤਾਂ ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਕਿ ਉੱਤਰ ਅਤੇ ਉੱਤਰ ਪੱਛਮ ਦੀਆਂ ਪਹਾੜੀ ਸ਼ਿਖਾਵਾਂ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਸਾਡੇ ਕੋਲ ਹਿਮਾਲਿਆ। ਅਸੀਂ ਵਨ ਬਾਏ ਵਨ ਕਰਦੇ ਹਾਂ ਕਿ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਉੱਤਰ ਅਤੇ ਉੱਤਰ ਪੱਛਮ ਦੀਆਂ ਪਹਾੜੀ ਸ਼ਿਖਾਵਾਂ ਦੇ ਵਿੱਚ ਸਭ ਤੋਂ ਪਹਿਲਾਂ ਹੈ ਹਿਮਾਲਿਆ। ਉਹ ਕਹਿੰਦੇ ਹਿਮਾਲਿਆ ਹਿਮ ਜਾਵਾਂ ਆਲਿਆ, ਇਹ ਦੋ ਸ਼ਬਦਾਂ ਤੋਂ ਜੋੜ ਕੇ ਬਣਿਆ ਹੈ। ਹਿਮ ਨੂੰ ਅਸੀਂ ਕਹਿ ਦਿੰਦੇ ਹਾਂ ਹਿਮ ਤੋਂ ਭਾਵ ਹੈ ਬਰਫ਼ ਅਤੇ ਆਲਿਆ ਤੋਂ ਭਾਵ ਹੈ ਘਰ। ਕਹਿੰਦੇ ਕਿ ਬਰਫ਼ ਦਾ ਘਰ ਜਿਸ ਨੂੰ ਅਸੀਂ ਹਿਮਾਲਿਆ ਕਹਿ ਦਿੰਦੇ ਹਾਂ ਅਤੇ ਬਹੁਤ ਉੱਚਾ ਹੋਣ ਕਾਰਨ ਜਿਹੜਾ ਹੈ ਇਹ ਸਾਰਾ ਸਾਲ ਬਰਫ਼ ਦੇ ਨਾਲ ਢੱਕਿਆ ਰਹਿੰਦਾ ਅਤੇ ਇਸ ਤੋਂ ਇਲਾਵਾ ਬਹੁਤ ਸੰਘਣੇ ਜੰਗਲ ਵੀ ਹੈਗੇ ਹੈ। ਅਤੇ ਇਹ ਕਹਿੰਦੇ ਕਿ ਪੂਰਬ ਵਿੱਚ ਅਸਾਮ ਤੋਂ ਲੈ ਕੇ ਪੱਛਮ ਵਿੱਚ ਅਫਗਾਨਿਸਤਾਨ ਤੱਕ ਕਹਿੰਦੇ ਕਿ ਲਗਭਗ 1500 ਮੀਲ ਦੀ ਲੰਬਾਈ ਅਤੇ 200 ਮੀਲ ਦੀ ਚੌੜਾਈ ਤੱਕ ਇਹ ਫੈਲਿਆ ਹੋਇਆ। ਕਹਿੰਦੇ ਕਿ ਹਿਮਾਲਿਆ ਪਰਬਤ ਦੀ ਜਿਹੜੀ ਹੈ ਉਹ ਮੱਧਮ ਉਚਾਈ ਜਿਹੜੀ ਹੈ ਉਹ 19,000 ਫੁੱਟ ਹੈਗੀ ਹੈ ਅਤੇ ਇਸ ਦੀ ਸਭ ਤੋਂ ਉੱਚੀ ਚੋਟੀ ਜਿਹੜੀ ਹੈ ਉਹ ਮਾਊਂਟ ਐਵਰੈਸਟ ਹੈ, ਜਿਸ ਨੂੰ ਗੌਰੀ ਸ਼ੰਕਰ ਦੇ ਨਾਮ ਨਾਲ ਵੀ ਬੁਲਾਇਆ ਜਾਂਦਾ। ਕਹਿੰਦੇ ਕਿ ਉਸ ਦੀ ਉਚਾਈ ਜਿਹੜੀ ਹੈ 29,140 ਫੁੱਟ ਹੈ। ਉਹ ਕਹਿੰਦੇ ਹਿਮਾਲਿਆ ਪਰਬਤ ਦੀ ਜਿਹੜੀ ਹੈ ਕਰਾਕੁਰਮ ਜਿਹੜੀਆਂ ਉਹਦੀਆਂ ਸ਼੍ਰੇਣੀਆਂ ਉਹ ਸਭ ਤੋਂ ਉੱਚੀਆਂ ਹੈਗੀਆਂ ਅਤੇ ਉੱਤਰ ਪੂਰਬ ਦੇ ਵਿੱਚ ਸਥਿਤ ਹੈਗੀਆਂ। ਪੰਜਾਬ ਦੀ ਉੱਤਰੀ ਸੀਮਾ ਜਿਹੜੀ ਹੈ ਉਹ ਹਿਮਾਲਿਆ ਪਰਬਤ ਦੀ ਜਿਹੜੀਆਂ ਸ਼੍ਰੇਣੀਆਂ ਹੈ ਉਹ ਕਹਿੰਦੇ ਕਿ ਉੱਤਰ ਪੱਛਮ ਸੀਮਾ ਦੇ ਵੱਲ ਜਿਹੜੀਆਂ ਹਿਮਾਲਿਆ ਪਰਬਤ ਦੀਆਂ ਜਿਹੜੀ ਉਚਾਈ ਉਹ ਜ਼ਿਆਦਾ ਨਹੀਂ ਹੈਗੀ। ਇਹਨਾਂ ਨੂੰ ਪੀਰ ਪੰਜਾਲ ਕਿਹਾ ਜਾਂਦਾ ਅਤੇ 15,000 ਫੁੱਟ ਜਿਹੜੀਆਂ ਉੱਚੀਆਂ ਹੈਗੀਆਂ ਅਤੇ ਪੰਜਾਬ ਅਤੇ ਕਸ਼ਮੀਰ ਦੇ ਵਿਚਕਾਰ ਸਥਿਤ ਹੈ। ਉਹ ਕਹਿੰਦੇ ਕਿ ਕਿਹਾ ਜਾਂਦਾ ਕਿ ਹਿਮਾਲਿਆ ਜਿਹੜਾ ਕੋਈ ਪਹਾੜ ਨਹੀਂ ਹੈ, ਇਹ ਬਹੁਤ ਸਾਰੀਆਂ ਜਿਹੜੀਆਂ ਪਹਾੜੀ ਸ਼੍ਰੇਣੀਆਂ ਹੈ ਉਹਨਾਂ ਦੇ ਸੁਮੇਲ ਦੇ ਨਾਲ ਇਹ ਬਣਿਆ ਹੋਇਆ ਅਤੇ ਆਮ ਤੌਰ 'ਤੇ 3 ਮੁੱਖ ਪਹਾੜੀ ਸ਼੍ਰੇਣੀਆਂ ਹੈਗੀਆਂ ਜਿਨ੍ਹਾਂ ਜਿਹੜੀਆਂ ਇੱਕ ਦੂਜੇ ਦੇ ਸਮਾਂਤਰ ਚੱਲੀਆਂ ਜਾਂਦੀਆਂ ਹੈਗੀਆਂ। ਸਭ ਤੋਂ ਉੱਚੀ ਸ਼੍ਰੇਣੀ ਨੂੰ ਵਿਸ਼ਾਲ ਜਾਂ ਮਹਾਨ ਹਿਮਾਲਿਆ ਕਹਿ ਜਾਂਦਾ ਅਤੇ ਇਸ ਦੀ ਵਿੱਚ ਜਿਹੜਾ ਹੈ ਉਹ 20,000 ਫੁੱਟ ਦੀ ਉਚਾਈ ਇਸ ਦੇ ਵਿੱਚ ਹੈਗੀ ਹੈ ਅਤੇ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਮਾਊਂਟ ਐਵਰੈਸਟ ਵੀ ਜਿਹੜੀ ਹੈ ਉਹ ਇਸੇ ਦੇ ਵਿੱਚ ਹੀ ਸਥਿਤ ਹੈਗੀ ਹੈ। ਦੂਸਰੀ ਜਿਹੜੀ ਹੈ ਮੱਧ ਸ਼੍ਰੇਣੀ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ, ਜਿਸ ਨੂੰ ਮੱਧ ਹਿਮਾਲਿਆ ਵੀ ਕਿਹਾ ਜਾਂਦਾ, ਇਹਨਾਂ ਦੀ ਔਸਤ ਉਚਾਈ ਜਿਹੜੀ ਹੈ ਉਹ 7,000 ਫੁੱਟ ਤੱਕ ਹੈਗੀ ਹੈ। ਉਸ ਤੋਂ ਇਲਾਵਾ ਸਭ ਤੋਂ ਜਿਹੜੀ ਨੀਵੀਂ ਸ਼੍ਰੇਣੀ ਜਿਸ ਨੂੰ ਬਾਹਰੀ ਹਿਮਾਲਿਆ ਅਸੀਂ ਕਹਿ ਦਿੰਦੇ ਹਾਂ, ਉਹਨਾਂ ਨੇ ਕਈਆਂ ਨੇ ਇਸ ਨੂੰ ਸ਼ਿਵਾਲਿਕ ਵੀ ਕਿਹਾ ਹੈਗਾ, ਇਸ ਦੀ ਔਸਤਨ ਉਚਾਈ ਜਿਹੜੀ ਹੈ ਉਹ 3,000 ਫੁੱਟ ਤੱਕ ਹੈਗੀ ਹੈ। ਉਸ ਤੋਂ ਬਾਅਦ ਹੈ ਕਿ ਹਿਮਾਲਿਆ ਤੋਂ ਕਹਿੰਦੇ ਕਿ ਹਿਮਾਲਿਆ ਵਿੱਚ ਪਹਿਲਾਂ ਤੋਂ ਜਿਹੜੇ ਉਹ ਦਰੇ ਜਿਹੜੇ ਆ ਉਹ ਬਹੁਤ ਘੱਟ ਹੈਗੇ ਆ, ਪਰ ਜਿਹੜੇ ਵੀ ਹੈਗੇ ਜਿਵੇਂ ਕਰਾਕੁਰਮ, ਸ਼ਿਪਕੀ ਅਤੇ ਜੈਲਪਲਾ ਉਹ ਕਹਿੰਦੇ ਕਿ ਇੰਨੀ ਉਚਾਈ 'ਤੇ ਹੈਗੇ ਕਿ ਉੱਥੋਂ ਜੇ ਅਗਰ ਪੰਜਾਬ 'ਚ ਐਂਟਰ ਕਰਨਾ ਉਹ ਸੰਭਵ ਨਹੀਂ ਹੈਗਾ। ਉਸ ਤੋਂ ਬਾਅਦ ਕਹਿੰਦੇ ਕਿ ਡਾਕਟਰ BS ਨਿੱਜਰ ਕਹਿੰਦੇ ਆ ਕਿ ਹਿਮਾਲਿਆ ਦੀ ਜਿਹੜੀਆਂ ਪਰਬਤ ਦੀ ਸ਼੍ਰੇਣੀਆਂ ਉਹ ਉੱਥੋਂ ਦੇ ਲੋਕਾਂ ਦੇ ਲਈ ਇੱਕ ਮਹਾਨ ਵਰਦਾਨ ਹੈ। ਦੂਸਰਾ ਹੈ ਸਾਡੇ ਕੋਲ, ਸੈਕਿੰਡ ਪੁਆਇੰਟ ਹੈ ਸਾਡੇ ਕੋਲ ਕਿ ਸੁਲੇਮਾਨ ਪਹਾੜੀਆਂ। ਉਹ ਕਹਿੰਦੇ ਪੰਜਾਬ ਦੇ ਉੱਤਰ ਪੱਛਮ ਦੇ ਵਿੱਚ ਸੁਲੇਮਾਨ ਅਤੇ ਕਿਰਥਾਰ ਦੀਆਂ ਪਹਾੜੀਆਂ, ਇਹ ਪਹਾੜੀਆਂ ਜ਼ਿਆਦਾ ਉੱਚੀਆਂ ਨਹੀਂ ਹੈਗੀਆਂ ਅਤੇ ਵੈਸੇ ਵੀ ਇਹ ਖੁਸ਼ਕ ਹਨ। ਇਹ ਆਮ ਤੌਰ 'ਤੇ ਬਰਫ਼ ਨਾਲ ਨਹੀਂ ਢੱਕੀ ਰਹਿੰਦੀ, ਇਹਨਾਂ ਦੀ ਔਸਤਨ ਉਚਾਈ ਜਿਹੜੀ ਆ ਉਹ 6,000 ਫੁੱਟ ਹੈ ਅਤੇ ਇਹਨਾਂ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਉਚਾਈ ਦੀ ਕਮੀ ਦੇ ਕਾਰਨ ਅਤੇ ਬਰਫ਼ ਦੇ ਢੱਕੇ ਨਾ ਰਹਿਣ ਦੇ ਕਾਰਨ ਇੱਥੇ ਕਈ ਦਰੇ ਹੈਗੇ ਹੈ। ਇਹ ਦਰੇ ਭਾਰਤ ਅਤੇ ਅਫਗਾਨਿਸਤਾਨ ਨੂੰ ਜਿਹੜਾ ਹੈ ਉਹ ਆਪਸ 'ਚ ਮਿਲਾਉਂਦੇ ਹੈ ਅਤੇ ਇਹਨਾਂ ਦਰਿਆਂ ਦੇ ਵਿੱਚੋਂ ਸਭ ਤੋਂ ਪ੍ਰਸਿੱਧ ਹੈਗਾ ਖੈਬਰ ਦਰਾ, ਕਿ ਜਿਹੜਾ ਕਿ 3400 ਫੁੱਟ ਦੀ ਉਚਾਈ 'ਤੇ ਹੈਗਾ
ਅਤੇ ਇਸ ਦਰੇ ਨਾਲ ਜਿਹੜਾ ਕਾਬੁਲ ਪੇਸ਼ਾਵਰ ਦੇ ਨਾਲ ਮਿਲ ਜਾਂਦਾ ਅਤੇ ਇਸ ਦਰੇ ਦੁਆਰਾ ਹੀ ਪ੍ਰਾਚੀਨ ਕਾਲ ਦੇ ਵਿਦੇਸ਼ੀ ਜਿਹੜੇ ਹੈ ਆਕਰਮਣਕਾਰੀ ਸੀਗੇ ਉਹ ਪੰਜਾਬ 'ਤੇ ਹਮਲਾ ਕਰਦੇ ਰਹੇ ਸੀਗੇ ਅਤੇ ਇਸ ਤੋਂ ਇਲਾਵਾ ਦੱਖਣ ਦੇ ਵਿੱਚ ਗੋਮਲ ਕੁਰਮ ਅਤੇ ਟੋਚੀ ਦਰੇ ਵੀ ਜਿਹੜੇ ਹੈਗੇ ਹੈ ਉਹਨਾਂ ਦੇ ਨਾਲ ਬੰਨੂ ਕੁਹਾਟ ਡੇਰਾ ਜਾਤ ਅਤੇ ਕਹਿੰਦੇ ਕਿ ਉਹ ਦੇ ਨਾਲ ਜਿਹੜਾ ਹੈ ਦਾ ਜਿਹੜਾ ਆਪਣਾ ਮੱਧ ਦਾ ਅਫਗਾਨਿਸਤਾਨ ਆ ਉਸ ਦੇ ਨਾਲ ਇਸ ਦਾ ਮਿਲਾਪ ਹੁੰਦਾ ਸੀਗਾ। ਉਸ ਤੋਂ ਬਾਅਦ ਕਹਿੰਦੇ ਕਿ ਦਰਾ ਬੁਲਾਨ ਸੁਲੇਮਾਨ ਪਰਬਤ ਦੇ ਅੰਤ ਵਿੱਚ ਕਹਿੰਦੇ ਕਿ ਕਿਰਥਾਰ ਪਰਬਤ ਦੇ ਆਰੰਭ ਵਿੱਚ ਹੈਗਾ ਅਤੇ ਇਸ ਦਰੇ ਦੀ ਚੌੜਾਈ ਜਿਹੜੀ ਹੈ ਹੋਰਨਾਂ ਦਰਿਆਂ ਦੇ ਨਾਲੋਂ ਜ਼ਿਆਦਾ ਹੈਗੀ ਹੈ ਅਤੇ ਇਹ ਦਰਾ ਜਿਹੜਾ ਹੈ ਉਹ ਸਿੰਧੂ ਆਪਣਾ ਸਿੰਧ ਪ੍ਰਦੇਸ਼ ਦੇ ਬਲੋਚਿਸਤਾਨ ਅਤੇ ਕੋਇਟੇ ਦੇ ਨਾਲ ਮਿਲ ਕੇ ਬਣਦਾ ਹੈਗਾ। ਇਸ ਤਰ੍ਹਾਂ ਉਹ ਕਹਿੰਦੇ ਕਿ ਐਸ ਐਮ ਲਤੀਫ ਕਹਿੰਦੇ ਹੈ ਕਿ ਪੰਜਾਬ ਦੀ ਜਿਹੜੀ ਸਭ ਤੋਂ ਮੁੱਖ ਵਿਸ਼ੇਸ਼ਤਾ ਉਹ ਜਿਹੜੀ ਇਸ ਦੇ ਦਰੇ ਹੈਗੇ ਆ ਜਿਹੜੇ ਕਿ ਹਿਮਾਲਿਆ ਦੇ ਉੱਚੇ ਪਰਬਤ ਖੰਡ ਦੇ ਜਿਹੜਾ ਕਹਿੰਦੇ ਕਿ ਉਸ ਸਮੇਂ ਸੈਂਕੜਾ ਜਿਹੜਾ ਕਿੰਨਾ ਲੰਬਾ ਸਫ਼ਰ ਕਰਕੇ ਮੈਦਾਨੀ ਖੇਤਰ ਦੇ ਵਿੱਚ ਉਹ ਕਹਿੰਦੇ ਵਹਿੰਦੇ ਹੋਏ ਧਰਤੀ ਨੂੰ ਉਪਜਾਊ ਬਣਾਉਂਦੇ ਹੈਗੇ ਆ ਇਹ ਜਿਹੜੇ ਉਹਨਾਂ ਦੇ ਦਰਿਆ ਅਤੇ ਉਹ ਕਹਿੰਦੇ ਕਿ ਦੱਖਣ ਦੇ ਵਿੱਚ ਜਿਹੜੇ ਹੈ ਉਹ ਸਿੰਧ ਦਰਿਆ ਦੇ ਨਾਲ ਮਿਲ ਕੇ ਵਿੱਚ ਉਸਦੇ ਮਿਲ ਵੇਖ ਕੇ ਜਿਹੜਾ ਉਹ ਸਮੁੰਦਰ ਦੇ ਵਿੱਚ ਮਿਲ ਜਾਂਦੇ ਹੈ। ਉਸ ਤੋਂ ਬਾਅਦ ਸਾਡੇ ਕੋਲ ਨੈਕਸਟ ਹੈ ਉਪਜਾਊ ਮੈਦਾਨ ਜਾਂ ਮੈਦਾਨੀ ਖੇਤਰ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਦਾ ਫਰਟਾਈਲ ਪਲੇਨ। ਉਹ ਕਹਿੰਦੇ ਕਿ ਇਸ ਦੇ ਵਿੱਚ ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਪੰਜਾਬ ਜਿਹੜਾ ਇੱਕ ਵਿਸ਼ਾਲ ਪੰਜਾਬ ਦਾ ਜਿਹੜਾ ਉਹ ਬਹੁਤ ਸਾਰਾ ਭਾਗ ਇੱਕ ਆਪਣਾ ਵਿਸ਼ਾਲ ਅਤੇ ਉਪਜਾਊ ਮੈਦਾਨ ਹੈਗਾ ਅਤੇ ਸਿੰਧ ਅਤੇ ਯਮੁਨਾ ਨਦੂਆਂ ਦੇ ਜਿਹੜੇ ਵਿੱਚ ਪਹਾੜੀ ਢਲਾਨਾਂ ਦੇ ਵਿੱਚ ਸਥਿਤ ਹੈਗਾ ਅਤੇ ਇੱਥੋਂ ਦੀ ਜਿਹੜੀ ਮਿੱਟੀ ਹੈਗੀ ਹੈ ਕਿਉਂਕਿ ਜਿਹੜੇ ਦਰਿਆ ਹੈ ਉਹ ਆਪਣੇ ਨਾਲ ਬਹੁਤ ਹੀ ਉਪਜਾਊ ਮਿੱਟੀ ਜਿਹੜਾ ਰੋੜ ਕੇ ਲਿਆਉਂਦੇ ਸਨ ਅਤੇ ਇਹਨਾਂ ਦੇ ਵਿੱਚ ਆ ਕੇ ਮੈਦਾਨਾਂ ਦੇ ਵਿੱਚ ਆ ਕੇ ਉਹ ਮਿੱਟੀ ਵਿਸ ਜਾਂਦੀ ਸੀ ਜਿਸ ਕਰਕੇ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਉਪਜਾਊ ਮੰਨਿਆ ਜਾਂਦਾ ਹੈ। ਜਿਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਕਿ ਪੰਜ ਦੁਆਬੇ। ਉਹ ਕਹਿੰਦੇ ਕਿ ਪੰਜ ਦੁਆਬੇ, ਦੁਆਬੇ ਤੋਂ ਭਾਵ ਹੈ ਦੁਆਬ, ਕਹਿੰਦੇ ਦੋ ਆਬ, ਦੋ ਦਾ ਮਤਲਬ ਹੈ ਕਿ ਸੰਖਿਆ ਵਾਲਾ ਦੋ ਅਤੇ ਆਬ ਦਾ ਮਤਲਬ ਹੈ ਪਾਣੀ। ਕਹਿੰਦੇ ਕਿ ਦੋ ਪਾਣੀਆਂ ਦੇ ਵਿਚਕਾਰਲੀ ਜਿਹੜੀ ਜਗ੍ਹਾ ਹੈ ਉਸ ਨੂੰ ਅਸੀਂ ਦੁਆਬ ਕਹਿ ਦਿੰਦੇ ਹਾਂ ਕਿ ਦੋ ਦਰਿਆਵਾਂ ਦੇ ਜਿਹੜਾ ਵਿਚਕਾਰਲਾ ਇਲਾਕਾ ਹੈ ਉਸ ਨੂੰ ਅਸੀਂ ਦੁਆਬ ਕਹਿ ਕੇ ਬੁਲਾਉਂਦੇ ਹਾਂ ਕਿ ਇਹ ਜਿਹੜਾ ਹੈ ਸਾਡੇ ਲਈ ਓਬਜੈਕਟਿਵ ਟਾਈਪ ਵਜੋਂ ਭਾਵ ਜਿਹੜੇ ਇੱਕ ਦੋ ਸ਼ਬਦਾਂ ਵਾਲੇ ਸਾਡੇ ਕੁਐਸਚਨ ਹੁੰਦੇ ਆ ਉਹਨਾਂ ਦੇ ਵਿੱਚ ਵੀ ਇਹ ਬਹੁਤ ਇੰਪੋਰਟੈਂਟ ਕਈ ਵਾਰੀ ਪੁੱਛ ਲਿਆ ਜਾਂਦਾ ਹੈ ਕਿ ਦੁਆਬ ਤੋਂ ਤੁਹਾਡਾ ਕੀ ਭਾਵ ਹੈ ਤਾਂ ਤੁਸੀਂ ਦੱਸ ਸਕਦੇ ਹੋ ਕਿ ਦੋ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਦੁਆਬ ਕਿਹਾ ਜਾਂਦਾ। ਇਸੇ ਤਰ੍ਹਾਂ ਜਿਵੇਂ ਕਿ ਪਹਿਲਾਂ ਦੱਸ ਚੁੱਕੇ ਹਾਂ ਕਿ ਇਹ ਵੀ ਪੁੱਛ ਲਿਆ ਜਾਂਦਾ ਕਿ ਭੂਗੋਲਿਕ ਆਧਾਰ 'ਤੇ ਪੰਜਾਬ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਤਾਂ ਅਸੀਂ ਦੱਸ ਸਕਦੇ ਹਾਂ ਕਿ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਜਿਹੜੇ ਆਪਾਂ ਜਿਵੇਂ ਹੁਣ ਵਨ ਬਾਏ ਵਨ ਅਸੀਂ ਡਿਸਕਸ ਕਰ ਰਹੇ ਹਾਂ ਤਾਂ ਸੈਕਿੰਡ ਪੁਆਇੰਟ ਅਸੀਂ ਡਿਸਕਸ ਕਰ ਰਹੇ ਹਾਂ ਜਿਸ ਦੇ ਵਿੱਚ ਕਹਿੰਦੇ ਕਿ ਪੰਜ ਦੁਆਬੇ। ਉਹ ਕਹਿੰਦੇ ਕਿ ਉਸ ਸਮੇਂ ਅਕਬਰ ਦੇ ਸਮੇਂ ਦੇ ਵਿੱਚ ਉਹ ਕਹਿੰਦੇ ਕਿ ਇਸ ਮੈਦਾਨ ਦਾ ਜਿਹੜਾ ਹੈ ਉਹ ਮੈਦਾਨ ਦੀ ਵੰਡ ਕੀਤੀ ਗਈ ਭਾਵ ਪੰਜ ਨਦੀਆਂ ਦੇ ਵਿੱਚ ਉਸ ਨੂੰ ਵੰਡ ਦਿੱਤਾ ਗਿਆ ਤਾਂ ਉਸ ਸਮੇਂ ਤੋਂ ਹੀ ਜਿਹੜਾ ਹੈ ਉਹ ਦੁਆਬ ਸ਼ਬਦ ਜਿਹੜਾ ਪ੍ਰਚਲਿਤ ਹੈ। ਸਭ ਤੋਂ ਪਹਿਲਾਂ ਸਾਡੇ ਕੋਲ ਦੁਆਬ ਬਿਸਤ ਜਲੰਧਰ, ਕਹਿੰਦੇ ਕਿ ਦੁਆਬ ਭਾਵ ਜਿਹੜਾ ਉਹ ਹਰ ਦੁਆਬ ਭਾਵ ਜਿਹੜਾ ਨਦੀਆਂ ਦਾ ਵਿਚਕਾਰਲਾ ਇਲਾਕਾ ਹੈ ਉਹ ਨਦੀਆਂ ਦੇ ਪਹਿਲੇ ਅੱਖਰ ਤੋਂ ਮਿਲ ਕੇ ਬਣਿਆ। ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਦੁਆਬ ਬਿਸਤ ਜਲੰਧਰ, ਬਿਸਤ ਜਲੰਧਰ ਭਾਵ ਜਿਵੇਂ ਅਸੀਂ ਤੁਸੀਂ ਦੇਖੋਗੇ ਕਿ ਬਿਸਤ ਤੋਂ ਹੈ ਕਿ ਬਿਆਸ ਅਤੇ ਸਤਲੁਜ, ਕਹਿੰਦੇ ਬਿਆਸ ਅਤੇ ਸਤਲੁਜ ਦਾ ਜਿਹੜਾ ਵਿਚਕਾਰਲਾ ਇਲਾਕਾ ਹੈ ਉਸ ਨੂੰ ਬਿਸਤ ਜਲੰਧਰ ਦੁਆਬ ਕਿਹਾ ਜਾਂਦਾ। ਇਹ ਬਹੁਤ ਹੀ ਉਪਜਾਊ ਹੈਗਾ ਅਤੇ ਹੁਸ਼ਿਆਰਪੁਰ ਅਤੇ ਜਲੰਧਰ ਜਿਹੜੇ ਇੱਥੋਂ ਵਿੱਚ ਨਗਰ ਜਿਹੜੇ ਇਹਦੇ ਵਿੱਚ ਸ਼ਾਮਲ ਹੈਗੇ ਆ। ਉਹ ਕਹਿੰਦੇ ਕਿ ਇਹ ਉਸ ਸਮੇਂ ਅੰਗਰੇਜ਼ ਜਿਹੜੇ ਹੈ ਇਸ ਨੂੰ ਸਤਲੁਜ ਪਾਰ ਭਾਵ ਟਰਾਂਸ ਸਤਲੁਜ ਵੀ ਕਹਿੰਦੇ ਸੀਗੇ। ਉਸ ਤੋਂ ਬਾਅਦ ਸੈਕਿੰਡ ਹੈ ਸਾਡੇ ਕੋਲ ਦੁਆਬ ਬਾਰੀ, ਦੁਆਬ ਬਾਰੀ ਭਾਵ ਬਾਰੀ ਬੱਬਾ ਔਰ ਰਾਰਾ ਹੈ, ਬੱਬੇ ਤੋਂ ਭਾਵ ਬਿਆਸ ਔਰ ਰਾਰੇ ਤੋਂ ਭਾਵ ਹੈ ਰਾਵੀ। ਕਹਿੰਦੇ ਬਿਆਸ ਅਤੇ ਰਾਵੀ ਦਾ ਜਿਹੜਾ ਵਿਚਕਾਰਲਾ ਇਲਾਕਾ ਹੈ ਉਸ ਨੂੰ ਬਾਰੀ ਦੁਆਬ ਕਿਹਾ ਜਾਂਦਾ ਅਤੇ ਇਹ ਵੀ ਮਹੱਤਵਪੂਰਨ ਖੇਤਰ ਸੀਗਾ ਅਤੇ ਬਹੁਤ ਉਪਜਾਊ ਸੀਗਾ। ਪੰਜਾਬ ਦੇ ਮਿਡਲ ਵਿੱਚ, ਪੰਜਾਬ ਦੇ ਮੱਧ ਵਿੱਚ ਹੋਣ ਕਰਕੇ ਇਸ ਨੂੰ ਮਾਝਾ ਵੀ ਕਿਹਾ ਜਾਂਦਾ ਹੈ ਅਤੇ ਇੱਥੋਂ ਦੇ ਨਿਵਾਸੀਆਂ ਨੂੰ ਜਿਹੜਾ ਹੈ ਉਹ ਕਹਿੰਦੇ ਕਿ ਉਸ ਸਮੇਂ ਆਪਣਾ ਮਜੈਲ ਵੀ ਕਹਿੰਦੇ ਸੀਗੇ। ਅੰਮ੍ਰਿਤਸਰ ਅਤੇ ਲਾਹੌਰ ਜਿਹੜਾ ਹੈ ਉਹ ਇਸ ਦੁਆਬੇ ਦੇ ਵਿੱਚ ਸਥਿਤ ਹੈਗੇ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਰਚਨਾ ਦੁਆਬ, ਜਿਵੇਂ ਕਿ ਰਾਵੀ ਅਤੇ ਚਨਾਬ, ਕਹਿੰਦੇ ਕਿ ਰਾਵੀ ਅਤੇ ਚਨਾਬ ਦਾ ਜਿਹੜਾ ਵਿਚਕਾਰਲਾ ਇਲਾਕਾ ਉਸ ਨੂੰ ਦੁਆਬ ਰਚਨਾ ਕਿਹਾ ਜਾਂਦਾ ਸੀਗਾ ਅਤੇ ਇਹ ਵੀ ਬਹੁਤ ਉਪਜਾਊ ਹੈਗਾ। ਇਸ 'ਤੇ ਪ੍ਰਸਿੱਧ ਨਗਰ ਜਿਹੜੇ ਗੁਜਰਾਂਵਾਲਾ ਅਤੇ ਸ਼ੇਖੂਪੁਰਾ ਹੈਗੇ ਆ। ਇਸੇ ਤਰ੍ਹਾਂ ਦੁਆਬ ਚੱਜ ਹੈ ਸਾਡੇ ਕੋਲ, ਚੱਜ ਭਾਵ ਚੱਚਾ ਤੋਂ ਭਾਵ ਹੈ ਚਨਾਬ ਔਰ ਜੱਜੇ ਤੋਂ ਭਾਵ ਹੈ ਜੇਲਮ।
ਕਹਿੰਦੇ ਕਿ ਜਿਵੇਂ ਤੁਹਾਨੂੰ ਦੱਸਿਆ ਕਿ ਹਰ ਦਰਿਆ ਦੇ ਪਹਿਲੇ ਅੱਖਰ ਤੋਂ ਜਿਹੜਾ ਹੈ ਉਹ ਉਸ ਦੁਆਬ ਦਾ ਜਿਹੜਾ ਨਾਮ ਪੈਂਦਾ ਹੈਗਾ ਕਿ ਦੋ ਦਰਿਆਵਾਂ ਦਾ ਭਾਵ ਕਿ ਚਨਾਬ ਅਤੇ ਜੇਹਲਮ ਦੇ ਵਿਚਕਾਰਲਾ ਜਿਹੜਾ ਇਲਾਕਾ ਸੀ ਉਸਨੂੰ ਚੱਜ ਦੁਆਬ ਕਿਹਾ ਜਾਂਦਾ ਸੀਗਾ ਅਤੇ ਉਸ ਇਹ ਵੀ ਬਹੁਤ ਉਪਜਾਊ ਖੇਤਰ ਸੀਗਾ ਅਤੇ ਗੁਜਰਾਤ ਸ਼ਾਹਪੁਰ ਅਤੇ ਭੇਰਾ ਨਗਰ ਜਿਹੜੇ ਇਸ ਦੇ ਪ੍ਰਸਿੱਧ ਨਗਰ ਸੀਗੇ। ਉਸ ਤੋਂ ਬਾਅਦ ਦੁਆਬ ਸਿੰਧ ਸਾਗਰ, ਕਹਿੰਦੇ ਕਿ ਸਿੰਧ ਅਤੇ ਜੇਹਲਮ ਦੇ ਵਿਚਕਾਰ ਸਥਿਤ ਸੀਗਾ। ਇਹ ਬਹੁਤ ਉਪਜਾਊ ਨਹੀਂ ਸੀ ਅਤੇ ਨਾ ਹੀ ਬਹੁਤ ਜ਼ਿਆਦਾ ਪ੍ਰਸਿੱਧ ਸੀ। ਨੈਕਸਟ ਸਾਡੇ ਕੋਲ ਮਾਲਵਾ ਅਤੇ ਬਾਂਗਰ, ਕਹਿੰਦੇ ਕਿ ਮਾਲਵਾ ਅਤੇ ਬਾਂਗਰ ਉਹ ਕਹਿੰਦੇ ਪੰਜ ਨਦੀਆਂ ਤੋਂ ਇਲਾਵਾ ਪੰਜਾਬ ਦੇ ਮੈਦਾਨੀ ਖੇਤਰ ਦੇ ਵਿੱਚ ਸਤਲੁਜ ਅਤੇ ਜਮੁਨਾ ਦੇ ਵਿਚਕਾਰ ਇੱਕ ਲੰਬਾ ਚੌੜਾ ਜਿਹੜਾ ਮੈਦਾਨੀ ਭਾਗ ਸ਼ਾਮਲ ਹੈਗਾ ਅਤੇ ਇਹਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ ਜਾਂਦਾ, ਇੱਕ ਮਾਲਵਾ ਅਤੇ ਦੂਸਰਾ ਸਾਡੇ ਕੋਲ ਹੈ ਬਾਂਗਰ। ਕਹਿੰਦੇ ਕਿ ਮਾਲਵਾ ਦੇ ਵਿੱਚ ਸਤਲੁਜ ਅਤੇ ਘੱਗਰ ਨਦੀਆਂ ਦੇ ਵਿਚਕਾਰਲੇ ਖੇਤਰ ਨੂੰ ਮਾਲਵਾ ਕਿਹਾ ਜਾਂਦਾ। ਇਸ ਦੇ ਵਿੱਚ ਮਲੇਰਕੋਟਲਾ, ਬਠਿੰਡਾ, ਫਰੀਦਕੋਟ, ਸੰਗਰੂਰ, ਨਾਭਾ, ਪਟਿਆਲਾ, ਸਰਹਿੰਦ ਅਤੇ ਲੁਧਿਆਣਾ ਦੇ ਇਲਾਕੇ ਸ਼ਾਮਲ ਹੈਗੇ ਆ ਅਤੇ ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਇਹਦਾ ਨਾਮ ਮਾਲਵਾ ਇਸ ਕਰਕੇ ਰੱਖਿਆ ਗਿਆ ਸੀਗਾ ਨਾਮ ਕਿਉਂਕਿ ਕਿਸੇ ਸਮੇਂ ਇੱਕ ਤਾਂ ਉਹ ਕਹਿੰਦੇ ਕਿ ਇੱਥੇ ਪੁਰਾਣੇ ਸਮੇਂ ਦੇ ਵਿੱਚ ਪ੍ਰਾਚੀਨ ਕਾਲ ਵਿੱਚ ਮੱਲਵ ਨਾਂ ਦਾ ਜਿਹੜਾ ਇੱਕ ਬਹਾਦੁਰ ਕਬੀਲਾ ਜਿਹੜਾ ਉਹ ਰਾਜ ਕਰਦਾ ਸੀ ਇੱਥੇ ਵੱਸ ਗਏ ਸੀਗੇ, ਇਸ ਕਰਕੇ ਉਸ ਦਾ ਨਾਮ ਜਿਹੜਾ ਹੈ ਉਹ ਮਾਲਵਾ ਪੈ ਗਿਆ ਸੀ ਬਾਅਦ ਦੇ ਵਿੱਚ। ਲੇਕਿਨ ਬਾਅਦ ਦੇ ਵਿੱਚ ਇਹ ਲੋਕ ਕਹਿੰਦੇ ਕਿ ਰਾਜਸਥਾਨ ਅਤੇ ਮੱਧ ਭਾਰਤ ਦੇ ਵਿੱਚ ਚਲੇ ਗਏ ਸੀਗੇ। ਉਸ ਇੱਥੋਂ ਦੇ ਨਿਵਾਸੀ ਨੂੰ ਜਿਹੜਾ ਉਹ ਮਲਵਈ ਕਿਹਾ ਜਾਂਦਾ ਹੈ ਅਤੇ ਇਹ ਖੇਤਰ ਜਿਹੜਾ ਸਤਲੁਜ ਦੇ ਇਸ ਪਾਰ ਭਾਵ ਸਿਸ ਸਤਲੁਜ ਵੀ ਜਿਹੜਾ ਕਹਾਉਂਦਾ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਮਾਲਵਾ ਅਤੇ ਬਾਂਗਰ। ਬਾਂਗਰ ਦੇ ਬਾਰੇ ਕਿਹਾ ਜਾਂਦਾ ਕਿ ਜਿਹਨੂੰ ਅਸੀਂ ਹਰਿਆਣਾ ਵੀ ਕਹਿ ਦਿੰਦੇ ਹਾਂ ਕਿ ਜਿਹੜਾ ਹਰਿਆਣੇ ਦਾ ਇਲਾਕਾ ਹੈ ਯਮੁਨਾ ਨਦੀ ਅਤੇ ਘੱਗਰ ਨਦੀ ਦੇ ਵਿਚਕਾਰਲਾ ਜਿਹੜਾ ਖੇਤਰ ਹੈ ਉਸ ਨੂੰ ਬਾਂਗਰ ਜਾਂ ਹਰਿਆਣਾ ਕਿਹਾ ਜਾਂਦਾ। ਇਸ ਦੇ ਪ੍ਰਸਿੱਧ ਖੇਤਰਾਂ ਦੇ ਵਿੱਚ ਕਰਨਾਲ, ਅੰਬਾਲਾ, ਪਾਣੀਪਤ, ਜੀਂਦ, ਰੋਹਤਕ, ਹਿਸਾਰ, ਗੁੜਗਾਂਵ ਅਤੇ ਕੁਰਸ਼ੇਤਰ ਜਿਹੜੇ ਹੈ ਉਹ ਪ੍ਰਸਿੱਧ ਹੈਗੇ। ਉਸ ਤਰ੍ਹਾਂ ਨੈਕਸਟ ਹੈ ਸਾਡੇ ਕੋਲ ਉਹ ਪਹਾੜੀ ਖੇਤਰ ਕਿ ਇਸ ਖੇਤਰ ਦੇ ਵਿੱਚ ਉਹ ਕਹਿੰਦੇ ਕਿ ਪੀਰ ਪੰਜਾਲ ਦੀਆਂ ਜਿਹੜੀਆਂ ਬਰਫ਼ ਨਾਲ ਟੱਕੀਆਂ ਸ਼੍ਰੇਣੀਆਂ ਅਤੇ ਥੱਲੇ ਸ਼ਿਵਾਲਿਕ ਅਤੇ ਕਸੌਲੀ ਪਹਾੜੀਆਂ ਦੇ ਜਿਹੜੇ ਨੇੜੇ ਦੇ ਖੇਤਰ ਆ ਜਾਂਦੇ ਹੈਗੇ ਅਤੇ ਇਹਨਾਂ ਦੀ ਚੌੜਾਈ ਜਿਹੜੀ ਹੈ 100 ਮੀਲ ਤੋਂ 200 ਮੀਲ ਤੱਕ ਹੈਗੀ ਹੈ ਅਤੇ ਇਸ ਖੇਤਰ ਦੀ ਉਚਾਈ ਜਿਹੜੀ ਹੈ ਉਹ 1000 ਤੋਂ ਲੈ ਕੇ 3000 ਫੁੱਟ ਤੱਕ ਹੈਗੀ ਹੈ। ਇਸ ਖੇਤਰ ਵਿੱਚ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਅੰਬਾਲਾ ਦੇ ਜਿਹੜੇ ਨਗਰ ਆ ਜਾਂਦੇ ਆ। ਉਸ ਤੋਂ ਇਲਾਵਾ ਕਹਿੰਦੇ ਆ ਕਿ ਸਿਆਲਕੋਟ ਜਿਹੜਾ ਕਿ ਪਾਕਿਸਤਾਨ ਵਿੱਚ ਹੈਗਾ ਅਤੇ ਕੁਝ ਚਟਾਨੀ ਖੇਤਰ ਵੀ ਇਸ ਵਿੱਚ ਆ ਜਾਂਦੇ ਹੈਗੇ। ਇੱਥੇ ਵਰਖਾ ਜਿਹੜੀ ਉਹ ਠੀਕ ਠੀਕ ਹੁੰਦੀ ਹੈਗੀ ਹੈ ਅਤੇ ਜ਼ਿਆਦਾਤਰ ਜਿਹੜੀ ਭੂਮੀ ਹੈ ਉਹ ਪਥਰੀਲੀ ਹੈਗੀ ਹੈ ਅਤੇ ਆਵਾਜਾਈ ਦੇ ਸਾਧਨਾਂ ਦੀ ਵੀ ਕਮੀ ਜਿਹੜੀ ਉਹ ਹਾਲੇ ਜ਼ਿਆਦਾ ਵਿਕਸਿਤ ਨਹੀਂ ਹੋ ਪਾਏ। ਉਸ ਤੋਂ ਬਾਅਦ ਕਹਿੰਦੇ ਕਿ ਜਨਸੰਖਿਆ ਦੇ ਵੀ ਮੁਕਾਬਲੇ ਜਿਹੜੀ ਮੈਦਾਨੀ ਖੇਤਰਾਂ ਦੇ ਮੁਕਾਬਲੇ ਇੱਥੇ ਜਨਸੰਖਿਆ ਜਿਹੜੀ ਉਹ ਘੱਟ ਹੈਗੀ ਹੈ ਅਤੇ ਉਸ ਤੋਂ ਬਾਅਦ ਸਾਡੇ ਕੋਲ ਪੰਜਾਬ ਦੀ ਜਲਵਾਯੂ ਅਤੇ ਮਿੱਟੀ। ਕਹਿੰਦੇ ਕਿ ਪੰਜਾਬ ਦੀ ਜਲਵਾਯੂ ਜਿਹੜੀ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੀ ਜਲਵਾਯੂ ਹਰ ਤਰ੍ਹਾਂ ਦਾ ਮੌਸਮ ਇੱਥੇ ਪਾਇਆ ਜਾਂਦਾ ਕਿ ਇਸ ਦੇ ਵਿੱਚ ਗਰਮੀਆਂ ਵਿੱਚ ਬਹੁਤ ਗਰਮੀ ਪੈਂਦੀ ਹੈ, ਸਰਦੀਆਂ ਵਿੱਚ ਬਹੁਤ ਠੰਡ ਪੈਂਦੀ ਹੈ ਅਤੇ ਬਸੰਤ ਰਿਤੂ ਦੇ ਵਿੱਚ ਮੌਸਮ ਜਿਹੜਾ ਠੀਕ ਹੋ ਜਾਂਦਾ। ਕਹਿੰਦੇ ਕਿ ਇਸ ਤਰ੍ਹਾਂ ਮਾਨਸੂਨ ਵੀ ਆਉਂਦੀ ਹੈ ਕਿ ਪੰਜਾਬ ਦੀ ਜਲਵਾਯੂ ਇਸ ਤਰ੍ਹਾਂ ਦੀ ਹੈ ਕਿਉਂਕਿ ਸਮੁੰਦਰ ਤਲ ਤੋਂ ਕਾਫੀ ਦੂਰੀ ਹੋਣ ਦੇ ਕਾਰਨ ਇੱਥੇ ਹਰ ਤਰ੍ਹਾਂ ਦੀ ਜਲਵਾਯੂ ਜਿਹੜੀ ਉਹ ਪਾਈ ਜਾਂਦੀ ਹੈ। ਇਸ ਤਰ੍ਹਾਂ ਪੰਜਾਬ ਦੀ ਮਿੱਟੀ ਜਿਹੜੀ ਹੈ ਕਹਿੰਦੇ ਕਿ ਮਿੱਟੀ ਜਿਹੜੀ ਬਹੁਤ ਇੱਥੋਂ ਦੀ ਪੰਜਾਬ ਦੀ ਉਪਜਾਊ ਮੰਨੀ ਜਾਂਦੀ ਹੈ ਕਿਉਂਕਿ ਨਦੀਆਂ ਜਿਹੜੀਆਂ ਮਿੱਟੀ ਰੋੜ ਕੇ ਉਪਜਾਊ ਮਿੱਟੀ ਰੋੜ ਕੇ ਇਸ ਮੈਦਾਨਾਂ ਦੇ ਵਿੱਚ ਉਹਨਾਂ ਨੇ ਵਿਛ ਗਈ ਜਿਸ ਕਰਕੇ ਪੰਜਾਬ ਨੂੰ ਜਿਹੜਾ ਉਹ ਭਾਰਤ ਦਾ ਖਾਦ ਭੰਡਾਰ ਭਾਵ ਅੰਨ ਭੰਡਾਰ ਜਾਂ ਗ੍ਰੀਨਰੀ ਆਫ ਇੰਡੀਆ ਵੀ ਕਿਹਾ ਜਾਂਦਾ ਕਿ ਇਸ ਤਰ੍ਹਾਂ ਇਹ ਇਸ ਬਾਰੇ ਅਸੀਂ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਬਾਰੇ ਜਾਣਦੇ ਹਾਂ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਕਿ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਇਸ ਦੇ ਇਤਿਹਾਸ 'ਤੇ ਕੀ ਪ੍ਰਭਾਵ ਪਿਆ। ਤਾਂ ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਕਿ ਰਾਜਨੀਤਿਕ ਖੇਤਰ ਵਿੱਚ ਕੀ ਪ੍ਰਭਾਵ ਪਿਆ ਔਰ ਸਭ ਤੋਂ ਫਸਟ ਪੁਆਇੰਟ ਹੈ ਸਾਡੇ ਕੋਲ ਕਿ ਪੰਜਾਬ ਭਾਰਤ ਦਾ ਪ੍ਰਵੇਸ਼ ਦੁਆਰ। ਉਹ ਕਹਿੰਦੇ ਕਿ ਜਿੰਨੇ ਵੀ ਜਿਹੜੇ ਵਿਦੇਸ਼ੀ ਹਮਲਾਵਰ ਆਏ ਉਹ ਭੂਗੋਲਿਕ ਸਥਿਤੀ ਦੇ ਕਾਰਨ ਜਿਹੜਾ ਹੈ ਉਹ ਹਮੇਸ਼ਾ ਹੀ ਪੰਜਾਬ ਹੀ ਇੱਕ ਐਸਾ ਪ੍ਰਾਂਤ ਸੀ ਜਿਹੜਾ ਕਿ ਪ੍ਰਵੇਸ਼ ਦੁਆਰ ਦਾ ਕੰਮ ਦਿੰਦਾ ਸੀਗਾ। ਜਿਹੜੇ ਵੀ ਆਕਰਮਣਕਾਰੀ ਨੇ ਹਮਲਾਵਰ ਨੇ ਆਉਣਾ ਹੁੰਦਾ ਸੀ ਉਹ ਇਸੇ ਰਾਸਤੇ ਥਾਣੀ ਹੀ ਪੰਜਾਬ ਦੇ ਵਿੱਚ ਆਉਂਦੇ ਸੀਗੇ। ਉਸ ਤੋਂ ਬਾਅਦ ਸਾਡੇ ਕੋਲ ਹੈ ਉੱਤਰੀ ਪਹਾੜ ਜਾਂ ਹਿਮਾਲਿਆ ਪਰਬਤ ਦਾ ਪ੍ਰਭਾਵ। ਕਹਿੰਦੇ ਕਿ ਭਾਰਤ ਦੇ ਨਾਲ ਨਾਲ ਪੰਜਾਬ ਦੇ ਲਈ ਜਿਹੜਾ ਉਹ ਕਿ ਹਿਮਾਲਿਆ ਪਰਬਤ ਜਿਹੜਾ ਬਹੁਤ ਵਰਦਾਨ ਸੀਗਾ। ਕਹਿੰਦੇ ਕਿ ਹਮੇਸ਼ਾ ਇੱਕ ਤਾਂ ਉਚਾਈ ਔਰ ਲੰਬਾਈ ਇੰਨੀ ਜ਼ਿਆਦਾ ਹੋਣ ਦੇ ਕਾਰਨ ਜਿਹੜਾ ਵਿਦੇਸ਼ੀ ਹਮਲਾਵਰ ਜਿਹੜੇ ਆ ਉਹ ਇਸ ਨੂੰ ਪਾਰ ਕਰਨ ਦੀ ਹਿੰਮਤ ਨਹੀਂ ਕਰਦੇ ਸੀਗੇ ਅਤੇ ਦੂਸਰੇ ਪਾਸੋਂ ਜਿਹੜੀਆਂ ਬਹੁਤ ਠੰਡੀਆਂ ਹਵਾਵਾਂ ਆਉਂਦੀਆਂ ਸੀਗੀਆਂ ਉਹਨਾਂ ਤੋਂ ਵੀ ਪੰਜਾਬ ਨੂੰ ਜਿਹੜਾ ਹਿਮਾਲਿਆ ਪਰਬਤ ਨੇ ਬਚਾਇਆ ਸੀਗਾ। ਉਸ ਤੋਂ ਬਾਅਦ ਹੈ ਕਿ ਪੰਜਾਬ ਭਾਰਤ ਦੇ ਪਹਿਲੇ ਅਤੇ ਆਰੰਭਿਕ ਯੁੱਧਾਂ ਦਾ ਮੈਦਾਨ।
ਕਹਿੰਦੇ ਕਿ ਪੰਜਾਬ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਜਿੰਨੇ ਵੀ ਭਾਰਤ ਦੇ ਇਤਿਹਾਸ ਵਿੱਚ ਆਰੰਭਿਕ ਅਤੇ ਨਿਰਣਾਇਕ ਯੁੱਧਾਂ ਦਾ ਪੰਜਾਬ ਮੈਦਾਨ ਰਿਹਾ ਹੈਗਾ। ਸਿਕੰਦਰ ਦੇ ਹਮਲੇ ਤੋਂ ਲੈ ਕੇ 18ਵੀਂ ਸਦੀ ਤੱਕ ਹਰੇਕ ਹਮਲਾਵਰ ਜਿਹੜਾ ਹੈ ਉਹ ਪੰਜਾਬ ਦੇ ਰਾਜਸਥਾਨੀ ਅੱਗੇ ਵੱਧਦਾ ਰਿਹਾ ਅਤੇ ਪੰਜਾਬੀਆਂ ਨੇ ਡੱਟ ਕੇ ਉਹਨਾਂ ਦਾ ਮੁਕਾਬਲਾ ਵੀ ਕੀਤਾ। ਕਹਿੰਦੇ ਕਿ ਕਰੀ ਦੇ ਸਥਾਨ 'ਤੇ ਸਿਕੰਦਰ ਅਤੇ ਪੋਰਸ ਦਾ ਯੁੱਧ ਲੜਿਆ ਗਿਆ। ਇਸ ਤਰ੍ਹਾਂ ਕਹਿੰਦੇ ਚੰਦਰਗੁਪਤ ਮੌਰੀਆ ਨੇ ਜਿਹੜੀ ਆਪਣੀ ਜਿੱਤਾਂ ਦੀ ਸ਼ੁਰੂਆਤ ਪੰਜਾਬ ਤੋਂ ਹੀ ਕੀਤੀ ਸੀਗੀ। ਤਰਾਇਣ ਦੀਆਂ ਦੋ ਲੜਾਈਆਂ 1191 ਅਤੇ 92 ਦੇ ਵਿੱਚ ਹੋਈਆਂ। ਪਾਣੀਪਤ ਦੀਆਂ ਤਿੰਨ ਲੜਾਈਆਂ 1526, 1556 ਅਤੇ 1761 ਈਸਵੀ ਦੇ ਵਿੱਚ ਉਹ ਵੀ ਇਸ ਪੰਜਾਬ ਦੀ ਧਰਤੀ ਉੱਤੇ ਹੀ ਲੜੀਆਂ ਗਈਆਂ। ਪੰਜਾਬ ਦੀ ਭੂਗੋਲਿਕ ਜਿਹੜੀ ਹੈ ਉਹ ਰਾਜਨੀਤਿਕ ਖੇਤਰ ਦੇ ਵਿੱਚ ਜਦੋਂ ਅਸੀਂ ਪ੍ਰਭਾਵ ਦੀ ਗੱਲ ਕਰਦੇ ਹਾਂ, ਉਸ ਤੋਂ ਬਾਅਦ ਸਾਡੇ ਕੋਲ ਹੈ ਕਿ ਪੰਜਾਬੀਆਂ ਦੇ ਸਦੀਆਂ ਤੱਕ ਚੱਲਣ ਵਾਲੇ ਕਸ਼ਟ। ਕਹਿੰਦੇ ਕਿ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਹੀ ਇੱਕ ਕਾਰਨ ਸੀਗਾ ਕਿ ਪੰਜਾਬੀਆਂ ਨੂੰ ਜਿਹੜਾ ਵੀ ਹਮਲਾਵਰ ਆਉਂਦਾ ਸੀਗਾ ਉਹ ਪੰਜਾਬ 'ਤੇ ਪਹਿਲਾਂ ਹਮਲਾ ਕਰਦਾ ਸੀਗਾ ਅਤੇ ਪੰਜਾਬੀਆਂ ਨੂੰ ਨਾ ਚਾਹੁੰਦੇ ਹੋਏ ਵੀ ਉਹਨਾਂ ਨਾਲ ਮੁਕਾਬਲਾ ਕਰਨਾ ਪੈਂਦਾ ਸੀਗਾ ਅਤੇ ਵਿਦੇਸ਼ੀ ਹਮਲਾਵਰਾਂ ਨੇ ਪੰਜਾਬ ਨੂੰ ਬਹੁਤ ਵਾਰ ਲੁੱਟਿਆ, ਉਹਨਾਂ ਦੇ ਘਰ ਤਬਾਹ ਕਰ ਦਿੱਤੇ ਅਤੇ ਉਹਨਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ। ਇਸ ਤਰ੍ਹਾਂ ਪੰਜਾਬੀਆਂ ਨੂੰ ਜਿਹੜਾ ਹੈ ਉਹ ਇੱਕ ਪੰਜਾਬ ਦੀ ਭੂਗੋਲਿਕ ਵਿਸ਼ੇਸ਼ਤਾ ਹੀ ਸੀ ਜਿਸ ਕਰਕੇ ਇੰਨੇ ਕਸ਼ਟ ਜਿਹੜੇ ਆ ਉਹ ਝੱਲਣੇ ਪਏ ਸੀਗੇ। ਨੈਕਸਟ ਸਾਡੇ ਕੋਲ ਉੱਤਰ ਪੱਛਮ ਦੀ ਸਮੱਸਿਆ। ਕਹਿੰਦੇ ਕਿ ਉੱਤਰ ਪੱਛਮ ਦਾ ਜਿਹੜਾ ਇਲਾਕਾ ਸੀਗਾ, ਕਿਉਂਕਿ ਇਹੀ ਉੱਤਰ ਪੱਛਮ ਦੀ ਹੀ ਸੀਮਾ ਸੀਗੀ ਜਿਸ ਪਾਸਿਓਂ ਜਿਹੜੇ ਵਿਦੇਸ਼ੀ ਹਮਲਾਵਰ ਹਮਲਾ ਕਰਦੇ ਸੀਗੇ, ਅਤੇ ਉਸ ਕਰਕੇ ਜਦੋਂ ਉੱਤਰ ਪੱਛਮ ਵਾਲੇ ਪਾਸਿਓਂ ਕਹਿੰਦੇ ਕਿ ਉਸ ਪਾਸਿਓਂ ਜਿਹੜੇ ਜਿੰਨੇ ਵੀ ਹਮਲਾਵਰ ਉਸੇ ਪਾਸੋਂ ਹੀ ਆਉਂਦੇ ਸੀਗੇ। ਦੂਸਰਾ, ਉੱਥੋਂ ਦੇ ਜਿਹੜੇ ਆਪਣਾ ਸਰਹੱਦ ਦੇ ਉੱਪਰ ਐਸੇ ਕਬੀਲੇ ਖੁੰਕਾਰ ਸੀਗੇ ਜਿਨ੍ਹਾਂ ਤੋਂ ਜਿਹੜੇ ਸਮੇਂ-ਸਮੇਂ 'ਤੇ ਹਮਲਾ ਕਰਦੇ ਰਹਿੰਦੇ ਸੀ ਔਰ ਜਿਨ੍ਹਾਂ ਨੇ ਵੀ ਭਾਰਤ 'ਤੇ ਰਾਜ ਕੀਤਾ, ਪੰਜਾਬ 'ਤੇ ਰਾਜ ਕੀਤਾ, ਤਾਂ ਉਹਨਾਂ ਨੇ ਉਸ ਸੀਮਾ ਦੀ ਸੁਰੱਖਿਆ ਜਿਹੜੀ ਹੈ ਉਸ ਨੂੰ ਜਦੋਂ ਤੱਕ ਠੀਕ ਨਹੀਂ ਕੀਤਾ ਉਦੋਂ ਤੱਕ ਉਹ ਸਮੱਸਿਆ ਜਿਹੜੀ ਹੈ ਉਹ ਬਹੁਤ ਹੀ ਜ਼ਿਆਦਾ ਖਤਰਨਾਕ ਬਣੀ ਰਹੀ ਪੰਜਾਬ ਦੇ ਲਈ। ਉਸ ਤੋਂ ਬਾਅਦ ਸਾਡੇ ਕੋਲ ਕਿ ਪੇਸ਼ਾਵਰ, ਮੁਲਤਾਨ, ਲਾਹੌਰ ਅਤੇ ਸਰਹਿੰਦ ਦਾ ਰਾਜਨੀਤਿਕ ਮਹੱਤਵ, ਕਿ ਉਸ ਸਮੇਂ ਪੇਸ਼ਾਵਰ ਜਿਹੜਾ ਉਹ ਸਿੰਧ ਨਦੀ ਦੇ ਪਾਰ ਪੰਜਾਬ ਦੇ ਉੱਤਰ ਪੱਛਮ ਵਿੱਚ ਸੀਗਾ ਅਤੇ ਇੱਕ ਬਹੁਤ ਵੱਡਾ ਜਿਹੜਾ ਪ੍ਰਾਂਤ ਸੀਗਾ। ਉਸ ਤਰ੍ਹਾਂ ਮੁਲਤਾਨ ਜਿਹੜਾ ਇਹ ਵੀ ਰਾਜਨੀਤਿਕ ਪੱਖ ਤੋਂ ਬੜੀ ਮਹੱਤਤਾ ਰੱਖਦਾ ਸੀਗਾ। ਇਸ ਤਰ੍ਹਾਂ ਲਾਹੌਰ ਜਿਹੜਾ ਕਿ ਸਦਾ ਹੀ ਪੰਜਾਬ ਦੀ ਰਾਜਧਾਨੀ ਰਿਹਾ। ਉਸ ਤੋਂ ਬਾਅਦ ਸਰਹੰਦ ਦੇ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਰਹੰਦ ਵੀ ਜਿਹੜਾ ਹੈ ਉਹ ਮੱਧਕਾਲ ਦੇ ਵਿੱਚ ਇੱਕ ਮਹੱਤਵਪੂਰਨ ਨਗਰ ਰਿਹਾ ਸੀਗਾ ਅਤੇ ਕਈ ਜਾਤੀਆਂ ਦੇ ਵਿੱਚ ਜਿਹੜਾ ਸੰਘਰਸ਼ ਦਾ ਕੇਂਦਰ ਬਣਿਆ ਰਿਹਾ ਸੀਗਾ। ਗਜ਼ਨੀ ਦੇ ਹਮਲਿਆਂ ਸਮੇਂ ਕਹਿੰਦੇ ਕਿ ਮੁਹੰਮਦ ਗੌਰੀ ਅਤੇ ਪ੍ਰਿਥਵੀਰਾਜ ਚੌਹਾਨ ਦੇ ਵਿੱਚ, ਮੁਗਲਾਂ ਅਤੇ ਅਫਗਾਨਾਂ ਦੇ ਵਿੱਚ, ਹੇਮੂ ਅਤੇ ਅਕਬਰ ਦੇ ਵਿੱਚ ਸਰਹੰਦ ਜਿਹੜਾ ਉਹ ਕਾਫੀ ਇੰਪੋਰਟੈਂਸ ਰੱਖਦਾ ਹੈਗਾ। ਨੈਕਸਟ ਸਾਡੇ ਕੋਲ ਪੰਜਾਬ ਦੇ ਜੰਗਲਾਂ ਅਤੇ ਪਹਾੜਾਂ ਦਾ ਪ੍ਰਭਾਵ। ਕਿਤੇ ਪੰਜਾਬ ਦੇ ਜੰਗਲਾਂ ਅਤੇ ਪਹਾੜਾਂ ਨੇ ਵੀ ਪੰਜਾਬ ਦੇ ਇਤਿਹਾਸ ਦੇ ਉੱਪਰ ਬੜਾ ਪ੍ਰਭਾਵ ਪਾਇਆ ਕਿ ਜਦੋਂ ਆਪਣਾ ਬੰਦਾ ਸਿੰਘ ਬਹਾਦਰ ਜਾਂ ਸਿੱਖ ਜਿਹੜੇ ਆ ਜਦੋਂ ਇਕੱਲੇ ਪੈ ਗਏ ਤਾਂ ਇਹਨਾਂ ਜੰਗਲਾਂ ਅਤੇ ਪਹਾੜਾਂ ਨੇ ਬਹੁਤ ਉਹਨਾਂ ਦਾ ਸਾਥ ਦਿੱਤਾ ਕਿ ਉਹਨਾਂ ਦੇ ਵਿੱਚ ਉਹ ਅਚਾਨਕ ਉਹ ਗੁਰੀਲਾ ਯੁੱਧ ਪ੍ਰਣਾਲੀ ਨਾਲ ਜਿਹੜਾ ਜਿਹਨੂੰ ਅਸੀਂ ਗੁਰੀਲਾ ਯੁੱਧ ਪ੍ਰਣਾਲੀ ਕਹਿੰਦੇ ਹਾਂ ਕਿ ਵਿੱਚੋਂ ਨਿਕਲ ਕੇ ਅਚਾਨਕ ਹਮਲਾ ਕਰਦੇ ਸੀ ਔਰ ਵਾਪਸ ਲੁੱਕ ਜਾਂਦੇ ਸੀਗੇ। ਉਸ ਤਰ੍ਹਾਂ ਪੰਜਾਬ ਦੀਆਂ ਨਦੀਆਂ ਦਾ ਪ੍ਰਭਾਵ ਹੈ ਸਾਡੇ ਕੋਲ ਕਿ ਪੰਜਾਬ ਦੀਆਂ ਨਦੀਆਂ ਨੇ, ਅਸੀਂ ਜਦੋਂ ਸਿਕੰਦਰ ਦੇ ਹਮਲੇ ਦੀ ਗੱਲ ਕਰਦੇ ਹਾਂ ਤਾਂ ਕਹਿੰਦੇ ਕਿ ਬਿਆਸ ਨਦੀ ਦੇ ਵਿੱਚ ਉਸ ਸਮੇਂ ਬਿਆਸ ਦਰਿਆ ਦੇ ਵਿੱਚ ਹੜ੍ਹ ਆਇਆ ਹੋਇਆ ਸੀ ਜਦੋਂ ਸਿਕੰਦਰ ਨੇ ਹਮਲਾ ਕੀਤਾ ਅਤੇ ਸਿਕੰਦਰ ਨੂੰ ਵਾਪਸ ਜਾਣਾ ਪਿਆ ਸੀ ਉਸਦੀ ਸੈਨਾ ਨੂੰ। ਉਸ ਤੋਂ ਬਾਅਦ ਕਿ ਪੰਜਾਬ ਅੰਗਰੇਜ਼ਾਂ ਦੇ ਅਧੀਨ ਸਭ ਤੋਂ ਬਾਅਦ ਵਿੱਚ ਆਉਣਾ। ਇਸ ਤਰ੍ਹਾਂ ਕਹਿੰਦੇ ਕਿ ਪੰਜਾਬ ਜਿਹੜਾ ਉਹ ਅੰਗਰੇਜ਼ਾਂ ਨੇ ਸਾਰੇ ਭਾਰਤ 'ਤੇ ਜਿਹੜਾ ਕਬਜ਼ਾ ਕਰ ਲਿਆ, ਲੇਕਿਨ ਪੰਜਾਬ ਸਭ ਤੋਂ ਬਾਅਦ ਵਿੱਚ ਜਿਹੜਾ ਪੰਜਾਬ ਜਿਹੜਾ ਅੰਗਰੇਜ਼ਾਂ ਦੇ ਅਧੀਨ ਆਇਆ ਸੀਗਾ। ਇਹ ਇੱਕ ਭੂਗੋਲਿਕ ਸਥਿਤੀ ਦਾ ਹੀ ਕਾਰਨ ਸੀਗਾ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਵਿਦੇਸ਼ੀ ਹਮਲਾਵਾਰਾਂ ਲਈ ਆਕਰਸ਼ਣ, ਭਾਵ ਵਿਦੇਸ਼ੀ ਹਮਲਾਵਾਰਾਂ ਲਈ ਖਿੱਚ ਦਾ ਕੇਂਦਰ ਰਿਹਾ ਕਿਉਂਕਿ ਪੰਜਾਬ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਖੁਸ਼ਹਾਲ ਪ੍ਰਾਂਤ ਸੀ, ਇਸ ਤਰ੍ਹਾਂ ਸ਼ਕਤੀਸ਼ਾਲੀ ਸੈਨਿਕਾਂ ਦੀ ਧਰਤੀ। ਕਹਿੰਦੇ ਕਿ ਹਰ ਹਮਲਾਵਾਰ ਇੱਥੇ ਆਉਂਦਾ ਸੀ ਪਹਿਲਾਂ ਪੰਜਾਬ 'ਚ ਹੀ ਆਉਂਦਾ ਸੀ, ਜਿਸ ਕਰਕੇ ਸਾਰੇ ਪੰਜਾਬੀ ਜਿਹੜੇ ਸੀਗੇ ਉਹ ਬਹੁਤ ਅੱਛੇ ਜਿਹੜੇ ਯੋਧੇ ਬਣ ਗਏ, ਬਹੁਤ ਅੱਛੇ ਬਲਵਾਨ ਸ਼ਕਤੀਸ਼ਾਲੀ ਜਿਹੜੇ ਉਹ ਸੈਨਿਕ ਬਣ ਗਏ ਸੀਗੇ, ਇਸ ਕਰਕੇ ਉਸਨੂੰ ਸ਼ਕਤੀਸ਼ਾਲੀ ਸੈਨਿਕਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਇੱਕ ਵਿਦੇਸ਼ੀ ਹਮਲਾਵਾਰਾਂ ਦੀ ਸਫਲਤਾ ਦਾ ਕਾਰਨ, ਕਹਿੰਦੇ ਕਿ ਉਸ ਸਮੇਂ ਇਹ ਪੰਜਾਬ ਦੀ ਭੂਗੋਲਿਕ ਸਥਿਤੀ ਸੀਗੀ ਜਿਸ ਦੇ ਕਾਰਨ ਉਹਨਾਂ ਦੀ ਸਫਲਤਾ ਜਿਹੜੀ ਹੈ ਉਹ ਸਿੱਧ ਹੋਈ ਸੀਗੀ। ਕਹਿੰਦੇ ਕਿ ਪੰਜਾਬ ਨੂੰ ਜਿੱਤਣ ਦੀ ਦੇਰ ਹੁੰਦੀ ਸੀ ਤਾਂ ਉਹਨਾਂ ਦੀ ਸਮੱਸਿਆਵਾਂ ਦਾ ਹੱਲ ਜਿਹੜਾ ਆਪਣੇ ਆਪ ਹੀ ਹੋ ਜਾਂਦਾ ਸੀ ਕਿ ਅੱਗੇ ਰਾਸਤੇ ਉਹਨਾਂ ਦੇ ਲਈ ਖੁੱਲ੍ਹਦੇ ਜਾਂਦੇ ਸੀ। ਇਸ ਤਰ੍ਹਾਂ ਕਿ ਰਾਜਨੀਤਿਕ ਸੰਘਰਸ਼, ਉਹ ਕਹਿੰਦੇ ਕਿ ਰਾਜਨੀਤਿਕ ਜਿਹੜੀ ਸਥਿਤੀ ਦੇਖੀਏ ਤਾਂ ਆਪਾਂ ਕਿ ਪੰਜਾਬ ਦੇ ਵਿੱਚ ਸ਼ਾਂਤੀ ਜਿਹੜੀ ਹੈ ਬਹੁਤ ਹੀ ਘੱਟ ਸਮੇਂ ਦੇ ਲਈ ਬਣੀ ਹੋਈ ਸੀਗੀ ਅਤੇ ਹਮੇਸ਼ਾ ਜਿਹੜਾ ਹੈ ਵਿਦੇਸ਼ੀ ਆਕਰਮਣਕਾਰੀ ਜਿਹੜੇ ਸੀਗੇ
ਉਹ ਪੰਜਾਬ ਦੇ ਵਿੱਚ ਵਿਨਾਸ਼ ਅਤੇ ਤਬਾਹੀ ਮਚਾਉਂਦੇ ਸੀਗੇ ਅਤੇ ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰਦੇ ਰਹਿੰਦੇ ਸੀਗੇ ਕਿ ਰਾਜਨੀਤਿਕ ਸੰਘਰਸ਼ ਜਿਹੜਾ ਉਹ ਚੱਲਦਾ ਰਹਿੰਦਾ ਸੀ। ਉਸ ਤੋਂ ਬਾਅਦ ਸਾਡੇ ਕੋਲ ਹੈ ਪੱਛਮੀ ਦੇਸ਼ਾਂ ਨਾਲ ਸੰਬੰਧ। ਕਹਿੰਦੇ ਕਿ ਭਾਰਤ ਦੇ ਉੱਤਰ ਦੇ ਵਿੱਚ ਉਹ ਕਹਿੰਦੇ ਕਿ ਬਹੁਤ ਆਪਣਾ ਵੱਡੇ ਪਰਬਤ ਸਨ, ਜਿਸ ਕਰਕੇ ਉਹਨਾਂ ਉਸ ਰਸਤੇ ਥਾਣੀ ਹੀ ਜਿਹੜਾ ਹੈ ਉਹ ਇਸ ਪੰਜਾਬ ਹੀ ਇੱਕ ਐਸੀ ਜਗ੍ਹਾ ਸੀਗੀ ਜਿਸ ਰਸਤੇ ਥਾਣੀ ਪੰਜਾਬ ਦੇ ਭਾਰਤ ਦੇ ਈਰਾਨ, ਅਫਗਾਨਿਸਤਾਨ, ਯੂਨਾਨ, ਅਰਬ ਦੇਸ਼ਾਂ ਅਤੇ ਮਿਸਰ ਦੇ ਨਾਲ ਜਿਹੜੇ ਆਰਥਿਕ, ਰਾਜਨੀਤਿਕ, ਸੰਸਕ੍ਰਿਤਿਕ ਸੰਬੰਧ ਜਿਹੜੇ ਆ ਉਹ ਸਥਾਪਿਤ ਹੋਏ ਸੀਗੇ। ਉਸ ਤੋਂ ਬਾਅਦ ਸਾਡੇ ਕੋਲ ਹੈ ਸਮਾਜਿਕ ਅਤੇ ਸੰਸਕ੍ਰਿਤਿਕ ਖੇਤਰ ਵਿੱਚ ਪ੍ਰਭਾਵ। ਕਹਿੰਦੇ ਕਿ ਪੰਜਾਬੀਆਂ ਦੀ ਵਿਸ਼ੇਸ਼ ਸੰਸਕ੍ਰਿਤੀ, ਕਹਿੰਦੇ ਕਿ ਉਹਨਾਂ ਦੇ ਨਾਲ ਪੰਜਾਬੀਆਂ ਦੀ ਇੱਕ ਵਿਸ਼ੇਸ਼ ਜਿਹੜੀ ਹੈ ਉਹ ਸੰਸਕ੍ਰਿਤੀ ਸੀਗੀ ਕਿ ਜਿਵੇਂ ਕਿ ਜਦੋਂ ਹਮਲਾਵਰ ਜਿਵੇਂ ਕਿ ਹੂਣ, ਤੁਰਕ, ਈਰਾਨੀ, ਯੂਨਾਨੀ ਜਿਹੜੇ ਕਿ ਉਹ ਸਭ ਤੋਂ ਪਹਿਲਾਂ ਜਿਹੜੇ ਪੰਜਾਬ ਵਿੱਚ ਆਏ ਸੀਗੇ ਅਤੇ ਪੰਜਾਬ 'ਚ ਹੀ ਵੱਸ ਗਏ ਸੀਗੇ, ਇੱਥੇ ਉਹਨਾਂ ਨੇ ਵਿਆਹ ਕਰਵਾ ਲਏ, ਜਿਸ ਕਰਕੇ ਇੱਕ ਵਿਸ਼ੇਸ਼ ਜਿਹੜਾ ਕਲਚਰ ਜਿਹੜਾ ਪੈਦਾ ਹੋ ਗਿਆ ਸੀਗਾ। ਉਸ ਤੋਂ ਬਾਅਦ ਪੰਜਾਬੀਆਂ ਦੇ ਚਰਿੱਤਰ ਦੇ ਵਿਸ਼ੇਸ਼ ਗੁਣ ਕਿ ਪੰਜਾਬੀ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੋ ਗਏ ਸੀ, ਪੰਜਾਬੀਆਂ ਦੇ ਵਿੱਚ ਉਹਨਾਂ ਦੇ ਇੱਕ ਵਿਸ਼ੇਸ਼ ਗੁਣ ਸੀ ਕਿ ਆਲਸ ਉਹਨਾਂ ਦੇ ਨੇੜੇ ਵੀ ਨਹੀਂ ਸੀ ਔਰ ਆਪਣੇ ਆਪ ਨੂੰ ਉਹਨਾਂ ਨੇ ਬੜਾ ਨਿਡਰ ਅਤੇ ਬਹਾਦਰ ਕਰ ਲਿਆ ਸੀ। ਉਸ ਤੋਂ ਬਾਅਦ ਸਾਡੇ ਕੋਲ ਪੰਜਾਬ ਵਿੱਚ ਵੱਖ ਵੱਖ ਜਾਤੀਆਂ ਅਤੇ ਨਸਲਾਂ ਦੇ ਲੋਕ ਜਿਹੜੇ ਹੈ ਉਹ ਇੱਥੇ ਵੱਸਦੇ ਸੀਗੇ। ਅਤੇ ਬਾਅਦ ਦੇ ਵਿੱਚ ਸਾਡੇ ਕੋਲ ਫੋਰਥ ਪੁਆਇੰਟ ਹੈ ਕਿ ਪੰਜਾਬ ਵਿੱਚ ਕਲਾ ਅਤੇ ਸਾਹਿਤ, ਕਹਿੰਦੇ ਕਲਾ ਅਤੇ ਸਾਹਿਤ ਵਿੱਚ ਅਸੀਂ ਦੇਖਦੇ ਹਾਂ ਕਿ ਰਿਗਵੇਦ ਦੀ ਰਚਨਾ ਵੀ ਇੱਥੇ ਹੋਈ ਅਤੇ ਉੱਥੋਂ ਬਾਅਦ ਕਹਿੰਦੇ ਕਿ ਤਕਸ਼ਿਲਾ ਯੂਨੀਵਰਸਿਟੀ ਜਿਹੜੀ ਉਹ ਵੀ ਇੱਥੇ ਹੀ ਸੀਗੀ। ਇਸ ਕਰਕੇ ਕਲਾ ਅਤੇ ਸਾਹਿਤ ਦੇ ਵਿੱਚ ਪੰਜਾਬ ਨੇ ਜਿਹੜੀ ਆ ਬਹੁਤ ਉੱਨਤੀ ਕੀਤੀ ਸੀ, ਆਪਣੀ ਅਲੱਗ ਪਹਿਚਾਣ। ਨੈਕਸਟ ਸਾਡੇ ਕੋਲ ਕਿ ਭੂਗੋਲਿਕ ਆਧਾਰ 'ਤੇ ਜਿਹੜਾ ਹੈ ਪੰਜਾਬੀਆਂ ਦੀ ਆਪਣੀ ਅਲੱਗ ਹੀ ਜਿਹੜੀ ਪਹਿਚਾਣ ਹੈਗੀ ਹੈ, ਕਿਉਂਕਿ ਪੰਜਾਬ ਦੀ ਅਲੱਗ ਪਹਿਚਾਣ ਹੋਣ ਦਾ ਕਾਰਨ ਹੈ ਕਿ ਉੱਤਰ ਵਿੱਚ ਹਿਮਾਲਿਆ ਪਰਬਤ ਹੈਗਾ ਅਤੇ ਉੱਤਰ ਪੂਰਬ ਦੇ ਸੁਲੇਮਾਨ ਅਤੇ ਕਰਥਾਰ ਪਰਬਤ ਸ਼ਿੰਖਲਾ ਹੈਗੀ ਹੈ, ਪੂਰਬ ਦੇ ਵਿੱਚ ਯਮੁਨਾ ਨਦੀ ਹੈ, ਦੱਖਣ ਦੇ ਵਿੱਚ ਰਾਜਪੂਤਾਨਾ ਦੇ ਜਿਹੜੇ ਜਿਹਨੂੰ ਅਸੀਂ ਰਾਜਸਥਾਨ ਦੇ ਅੱਜ ਦੇ ਜਿਹੜੇ ਆਪਣਾ ਮਾਰੂਥਲ ਕਹਿੰਦੇ ਹਾਂ। ਤਾਂ ਇਸ ਤਰ੍ਹਾਂ ਜਿਹੜੀਆਂ ਇਹ ਅਲੱਗ ਇੱਕ ਪੰਜਾਬ ਦੀ ਪਹਿਚਾਣ ਰਹੀ ਹੈ। ਇਸ ਤਰ੍ਹਾਂ ਵੱਖ ਵੱਖ ਸੱਭਿਅਤਾਵਾਂ ਜਿਹੜੀਆਂ ਜਿਵੇਂ ਕਿ ਆਪਣਾ ਸੁਮੇਲ ਰਿਹਾ ਹੈ ਕਿ ਸਿੰਧੂ ਘਾਟੀ ਦੀ ਸੱਭਿਅਤਾ ਪ੍ਰਫੁੱਲਿਤ ਹੋਈ ਹੈ, ਆਰੀਆ ਸੱਭਿਅਤਾ ਇੱਥੇ ਪ੍ਰਫੁੱਲਿਤ ਹੋਈ ਹੈ, ਸੂਫੀ ਸੰਤਾਂ ਦਾ ਪ੍ਰਭਾਵ ਰਿਹਾ, ਇਸਲਾਮ ਦੀ ਸੱਭਿਅਤਾ ਵੀ ਇੱਥੇ ਵਿਕਸਿਤ ਹੋਈ, ਇਸ ਤਰ੍ਹਾਂ ਇਹ ਜਿਹੜੇ ਪ੍ਰਭਾਵ ਬਣੇ ਰਹੇ। ਇਸ ਤਰ੍ਹਾਂ ਧਾਰਮਿਕ ਖੇਤਰ ਵਿੱਚ ਸਭ ਅਸੀਂ ਪ੍ਰਭਾਵ ਦੀ ਗੱਲ ਕਰਦੇ ਹਾਂ ਤਾਂ ਹਿੰਦੂ ਧਰਮ ਦਾ ਜਿਹੜਾ ਜਨਮ ਹੈ ਉਹ ਇੱਥੇ ਹੀ ਹੋਇਆ ਜਿਹੜਾ ਮੰਨਿਆ ਜਾਂਦਾ ਕਿ ਜਿਵੇਂ ਰਿਗਵੇਦ ਦੀ ਰਚਨਾ ਜਦੋਂ ਹੋਈ ਅਤੇ ਬਾਅਦ ਦੇ ਵਿੱਚ ਬ੍ਰਾਹਮਣ ਪ੍ਰਧਾਨ ਹਿੰਦੂ ਧਰਮ ਦਾ ਪਤਨ ਹੋ ਗਿਆ, ਕਿਉਂਕਿ ਬ੍ਰਾਹਮਣ ਪ੍ਰਧਾਨ ਹਿੰਦੂ ਧਰਮ ਜਿਹੜਾ ਬੜਾ ਕਠੋਰ ਸੀਗਾ ਅਤੇ ਲੋਕ ਉਸ ਨੂੰ ਮੰਨਣ ਲਈ ਤਿਆਰ ਨਹੀਂ ਸਨ। ਇਸ ਤਰ੍ਹਾਂ ਪੰਜਾਬ ਵਿੱਚ ਇਸਲਾਮ ਦੇ ਵਿਕਾਸ ਨੂੰ ਸਫਲਤਾ ਮਿਲੀ ਕਿ ਪੰਜਾਬ ਦੇ ਵਿੱਚ ਇਸਲਾਮ ਜਦੋਂ ਆਇਆ ਤਾਂ ਹੌਲੀ ਹੌਲੀ ਉਹ ਪੰਜਾਬ ਦੇ ਵਿੱਚ ਫੈਲਦਾ ਚਲਾ ਗਿਆ। ਸਿੱਖ ਧਰਮ ਦਾ ਜਨਮ ਅਤੇ ਵਿਕਾਸ, ਫੋਰਥ ਪੁਆਇੰਟ ਹੈ ਸਾਡੇ ਕੋਲ ਕਿ ਸਿੱਖ ਧਰਮ ਦਾ ਜਨਮ ਵੀ ਇਸੇ ਪੰਜਾਬ ਦੀ ਧਰਤੀ ਦੇ ਉੱਤੇ ਹੀ ਹੋਇਆ ਸੀ ਕਿ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਲੈ ਕੇ ਜਦੋਂ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਦੀ ਗੱਲ ਕਰਦੇ ਤਾਂ ਉਹਨਾਂ ਸਭ ਦਾ ਜਿਹੜਾ ਗੁਰੂ ਸਾਹਿਬਾਂ ਦਾ ਸੰਬੰਧ ਜਿਹੜਾ ਉਹ ਪੰਜਾਬ ਨਾਲ ਹੀ ਸੀਗਾ ਅਤੇ ਉਹਨਾਂ ਨੇ ਸਿੱਖ ਧਰਮ ਦੇ ਵਿਕਾਸ ਵੀ ਜਿਹੜਾ ਹੈ ਉਹ ਬਹੁਤ ਯੋਗਦਾਨ ਪਾਇਆ ਸੀਗਾ। ਉਸ ਤੋਂ ਬਾਅਦ ਆਪਣਾ ਸਾਡੇ ਕੋਲ ਕਿ ਆਰਥਿਕ ਖੇਤਰ ਦੇ ਵਿੱਚ ਪ੍ਰਭਾਵ, ਉਹ ਕਹਿੰਦੇ ਕਿ ਪੰਜਾਬ ਵਿੱਚ ਆਰਥਿਕ ਖੁਸ਼ਹਾਲੀ ਕਿ ਪੰਜਾਬ ਜਿਹੜਾ ਹੈ ਉਹ ਕਿਉਂਕਿ ਉਪਜਾਊ ਮੈਦਾਨਾਂ ਦਾ ਖੇਤਰ ਸੀਗਾ, ਇਸ ਕਰਕੇ ਆਰਥਿਕ ਪੱਖ ਤੋਂ ਬੜਾ ਪੰਜਾਬ ਖੁਸ਼ਹਾਲ ਸੀਗਾ। ਪੰਜਾਬੀਆਂ ਦਾ ਮੁੱਖ ਕਿੱਤਾ ਖੇਤੀਬਾੜੀ, ਕਿ ਪੰਜਾਬੀਆਂ ਦਾ ਜਿਹੜਾ ਮੁੱਖ ਕਿੱਤਾ ਉਹ ਖੇਤੀਬਾੜੀ ਸੀ, ਉਹ ਆਪਣਾ ਕਣਕ, ਜੌਂ, ਚਾਵਲ, ਗੰਨਾ, ਆਪਣਾ ਛੋਲੇ, ਤੇਲ, ਆਪਣਾ ਇਸ ਤੇਲ ਨਿਕਲਣ ਵਾਲੇ ਬੀਜ ਜਿਹੜੇ ਹੈ, ਦਾਲਾਂ, ਕਪਾਹ, ਨਰਮਾ, ਇਸ ਤਰ੍ਹਾਂ ਦੇ ਜਿਹੜੇ ਉਹ ਉਹਨਾਂ ਦਾ ਮੁੱਖ ਕਿੱਤਾ ਸੀਗਾ। ਉਸ ਤੋਂ ਬਾਅਦ ਵਿਦੇਸ਼ੀ ਵਪਾਰ ਜਿਹੜਾ ਹੈ ਉਹ ਕਹਿੰਦੇ ਪੰਜਾਬ ਅਤੇ ਅਫਗਾਨਿਸਤਾਨ ਅਤੇ ਬਲੋਚਿਸਤਾਨ ਦੇ ਨਾਲ ਜਿਹੜੇ ਉਹ ਵਪਾਰ ਜਿਹੜਾ ਉਹ ਚੱਲਦਾ ਰਿਹਾ ਸੀਗਾ। ਇਸ ਤਰ੍ਹਾਂ ਸਾਡੇ ਕੋਲ ਹੈ ਕਿ ਵਪਾਰਿਕ ਨਗਰਾਂ ਦਾ ਵਿਕਾਸ, ਪੰਜਾਬ ਦੀ ਭੂਗੋਲਿਕ ਸਥਿਤੀ ਦੇ ਕਾਰਨ ਹੀ ਪੰਜਾਬ ਦੇ ਜਿਹੜੇ ਉਹ ਕਈ ਵਪਾਰਿਕ ਨਗਰ ਜਿਹੜੇ ਹੈ ਹੋਂਦ ਵਿੱਚ ਆਏ ਸੀਗੇ ਅਤੇ ਉਹਨਾਂ ਭਾਵ ਜਿਵੇਂ ਕਿ ਆਪਣਾ ਗੱਲ ਕਰਦੇ ਹਾਂ ਅਸੀਂ ਕਿ ਪਿਸ਼ਾਵਰ, ਲਾਹੌਰ, ਅੰਮ੍ਰਿਤਸਰ, ਸਮਾਣਾ, ਬਠਿੰਡਾ, ਤਾਂ ਇਸ ਤਰ੍ਹਾਂ ਦੇ ਜਿਹੜੇ ਵਪਾਰਿਕ ਨਗਰ ਹੈ ਉਹ ਹੋਂਦ ਵਿੱਚ ਆਏ ਸੀ। ਤਾਂ ਅਸੀਂ ਇਸ ਤਰ੍ਹਾਂ ਦੇਖਦੇ ਹਾਂ ਕਿ ਪੰਜਾਬ ਦੇ ਇਤਿਹਾਸ ਦੇ ਉੱਪਰ ਜਿਹੜਾ ਹੈ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਇੱਕ ਬਹੁਤ ਹੀ ਜਿਹੜਾ ਹੈ ਉਹ ਹਰ ਪੱਖ ਤੋਂ, ਰਾਜਨੀਤਿਕ ਪੱਖ ਤੋਂ, ਧਾਰਮਿਕ ਪੱਖ ਤੋਂ, ਆਰਥਿਕ ਪੱਖ ਤੋਂ, ਸਮਾਜਿਕ ਪੱਖ ਤੋਂ ਜਿਹੜਾ ਹੈ ਉਹ ਬਹੁਤ ਜ਼ਿਆਦਾ ਅਸਰ ਪਿਆ ਸੀਗਾ, ਜਿਨ੍ਹਾਂ ਦੇ ਬਾਰੇ ਅਸੀਂ ਜਿਹੜੀ ਉਹ ਜਾਣਕਾਰੀ ਹਾਸਲ ਕੀਤੀ ਹੈਗੀ ਹੈ।
ਔਰ ਵਿਦਿਆਰਥੀਓ ਤੁਸੀਂ ਇਸ ਦੇ ਵਿੱਚ ਸਾਨੂੰ ਦੋ ਤਰ੍ਹਾਂ ਦੇ ਜਿਹੜੇ ਉਹ ਕੁਐਸਚਨ ਆ ਸਕਦੇ ਹੈਗੇ ਆ ਕਿ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਵਿਸਥਾਰਪੂਰਵਕ ਵਰਣਨ ਕਰੋ ਅਤੇ ਉਹਨਾਂ ਵਿਸ਼ੇਸ਼ਤਾਵਾਂ ਨੇ ਪੰਜਾਬ ਦੇ ਇਤਿਹਾਸ ਦੇ ਉੱਤੇ ਕੀ ਅਸਰ ਪਾਇਆ। ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਜਿਹੜਾ ਵਿਸ਼ਾ ਹੈ ਉਹ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ। ਧੰਨਵਾਦ।